ਅਤੇ ਇੱਥੇ ਜਿਹੜਾ ਹੋਇਆ ਬਹੁਤ ਧੱਕਾ ਹੋ ਜਾਂਦਾ ਕਿਉਂਕਿ ਕਾਰਨ ਕੀ ਹੈ ਜੀ, ਇੰਨੀਆਂ ਟਾਈਆਂ ਉਹ ਕੋਚਾਂ ਦੇ ਸਾਹਮਣੇ ਪਾਈਆਂ ਜਾਂਦੀਆਂ ਜੀ। ਇੱਕ ਵੀ ਟਾਈ ਹੈ ਜੀ ਸਾਡੇ ਸਾਹਮਣੇ ਨਹੀਂ ਪਾਈ ਗਈ, ਨਾ ਸਾਨੂੰ ਦਿਖਾਇਆ ਗਿਆ। ਜੇ ਅਸੀਂ ਪੁੱਛਿਆ ਤਾਂ ਸਰਕਾਰੀ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਪੁੱਛਿਆ ਸੀ, ਉਹ ਕਹਿੰਦੇ ਵੀ ਸਾਨੂੰ ਕੋਈ ਪਤਾ ਨਹੀਂ ਇਹ ਉੱਥੋਂ ਬਣ ਕੇ ਆਈਆਂ। ਇਹ ਖੇਡ ਡਿਪਾਰਟਮੈਂਟ ਵਾਲੇ ਮੇਰੇ ਕੋਲ ਪਹਿਲਾਂ ਦੇ ਵੀ ਪ੍ਰੂਫ ਪਏ ਨੇ, ਇਹਨਾਂ ਦੀ ਕੋਚ ਪਹਿਲਾਂ ਹੁਕਮਜੀਤ ਕੌਰ ਹੁੰਦੀ ਸੀ। ਮਤਲਬ ਇਹਨਾਂ ਦਾ ਕੰਮ ਹੀ ਇਹ ਆ, ਅੰਡਰ 21 ਵਾਲੇ ਅੰਡਰ 19 'ਚ ਖੜਾ ਦੇਣੇ, ਠੀਕ ਆ। ਮਤਲਬ ਬਕਾਇਦਾ ਸਬੂਤ ਪਏ ਨੇ, ਜੇ ਕਹੋ ਮੈਂ ਉਹ ਹੁਕਮਜੀਤ ਵਾਲੇ ਵੀ ਦੇ ਸਕਦਾ। ਫਾਈਨਲ ਸਰ ਬੈਸਟ ਆਫ 3 ਲੱਗਦਾ ਹੁੰਦਾ, ਫਾਈਨਲ ਮੈਚ ਜਾਂ ਸੈਮੀ ਫਾਈਨਲ ਜੀ, ਉਹਦੇ ਵਿੱਚ ਇਹਨਾਂ ਨੇ ਲਵਾ ਕੇ ਬੈਸਟ ਆਫ 5 ਲੱਗਣਾ ਸੀਗਾ। ਇਹਨਾਂ ਨੇ 3 'ਤੇ ਲਵਾ ਕੇ ਇਹਨਾਂ ਦੀ ਪੋਜੀਸ਼ਨ ਆ ਗਈ, ਕਹਿੰਦੇ ਜੀ ਅਸੀਂ ਨਹੀਂ ਲਵਾਂਗੇ। ਫਿਰ ਉਹਨਾਂ ਨੇ ਜਦੋਂ ਰੌਲਾ ਰੂਲਾ ਪੈਣ ਤੋਂ ਬਾਅਦ 'ਚ ਲੱਗਿਆ ਵੀ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਹੀ ਨਾ ਪਵੇ ਜੀ। ਇਹ ਸਰ ਐਜੂਕੇਸ਼ਨ ਵਾਲੇ ਟੂਰਨਾਮੈਂਟ ਦੀ ਗੱਲ ਕਰਦੀ ਆ, ਉਹ ਤਾਂ ਇਹਨਾਂ ਦਾ ਟੂਰਨਾਮੈਂਟ ਸੀ, ਇਹਨਾਂ ਦੀ ਡਿਸੀਜਨ ਸੀ ਸਾਰੇ, ਸਾਡਾ ਤਾਂ ਉਹਦੇ 'ਚ ਕੁਛ ਨਹੀਂ। ਮੈਂ ਤਾਂ ਟੀਮ ਲੈ ਕੇ ਆਇਆ। ਇਹ ਹੁਣ ਇੰਚਾਰਜ ਖੜੇ, ਇਹਨਾਂ ਨੂੰ ਪੁੱਛੋ ਜੀ ਫਿਕਚਰ ਕਿਸ ਨੂੰ ਪੁੱਛ ਕੇ ਪਾਏ ਸੀ, ਉੱਥੇ ਕਿਸੇ ਸਰਕਾਰੀ ਟੀਚਰ ਕੋਈ ਕੋਚ ਕਨਵੀਨਰ ਨੇ ਕਰਨਾ। ਦੋ ਬ੍ਰਦਰ ਆ ਜੀ, ਉਹ ਪੁਲਿਸ ਦੀ ਡਿਊਟੀ ਕਰਦੇ ਆ, ਠੀਕ ਹੈ ਜੀ, ਗੁੰਮਟੀ ਗਲਾਂ ਦੀ ਹੈ ਜੀ, ਜੁੜਵੇ ਬ੍ਰਦਰ ਆ। ਇੱਕ ਉਹਨਾਂ 'ਚੋਂ ਇੱਕ ਬ੍ਰਦਰ ਉਹਨਾਂ ਦਾ ਬੀ ਟੀਮ 'ਚ ਖੇਡ ਰਿਹਾ, ਇੱਕ ਬ੍ਰਦਰ ਏ ਟੀਮ 'ਚ ਖੇਡ ਰਿਹਾ। ਉਹ ਖੇਡਣਾ ਉਹਨਾਂ ਨੇ ਭਗਤੇ ਵੱਲੋਂ ਸੀਗੇ ਜੀ, ਕਿਉਂਕਿ ਰਹਿਸ਼ ਉਹਨਾਂ ਦੀ ਗੁੰਮਟੀ ਗਲਾਂ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਕੀ ਹਾਲ ਆ ਮੇਰੇ ਸ਼ਹਿਰ ਦਾ, ਇਸ ਤੁਹਾਡਾ ਬਹੁਤ ਬਹੁਤ ਸਵਾਗਤ। ਅੱਜ 19 ਸਪਟੰਬਰ 2022 ਅਤੇ ਸਵੇਰ ਦੇ ਕੋਈ 11:12 ਹੋਏ ਨੇ, ਬਠਿੰਡਾ ਰਜਿੰਦਰਾ ਕਾਲਜ, ਖੇਡਾਂ ਵਤਨ ਪੰਜਾਬ ਦੀਆਂ 2022। ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਬਹੁਤ ਅੱਛਾ ਉਪਰਾਲਾ ਜਿਹੜਾ ਇਹ ਕੀਤਾ ਜਾ ਰਿਹਾ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਨੂੰ, ਤੁਸੀਂ ਦੇਖੋ ਇਹ ਵਾਲੀਬਾਲ ਦੀਆਂ ਜਿਹੜੀਆਂ ਗੇਮ ਹੈ ਲੱਗ ਰਹੀ ਹੈ, ਅਤੇ ਇਹਦੇ ਵਿੱਚ ਇਹ ਬਲਾਕ ਲੈਵਲ ਦੀਆਂ ਜਿਹੜੀਆਂ ਨੇ ਕਹਿ ਰਹੇ ਨੇ ਇਹ ਖੇਡਾਂ ਨੇ, ਪਰ ਇੱਥੇ ਪਹਿਲਾਂ ਤਾਂ ਕੁਛ ਬੰਦੇ ਦੀ ਸ਼ਿਕਾਇਤ ਹੈ। ਕੀ ਨਾਮ ਵੀਰ ਆਪਣਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ, ਕੀ ਸ਼ਿਕਾਇਤ ਕੀ ਤੁਹਾਡੀ? ਸਰ ਮੈਂ ਬਠਿੰਡਾ ਬੰਡ ਦਾ ਕੋਚ ਹੈ, ਗੁਲਾਬਗੜ੍ਹ ਤੋਂ, ਅਤੇ ਇੱਥੇ ਜਿਹੜਾ ਹੋਇਆ ਬਹੁਤ ਧੱਕਾ ਹੋ ਜਾਂਦਾ ਕਿਉਂਕਿ ਕਾਰਨ ਕੀ ਹੈ ਜੀ, ਜਿੰਨੀਆਂ ਟਾਈਆਂ ਉਹ ਕੋਚਾਂ ਦੇ ਸਾਹਮਣੇ ਪਾਈਆਂ ਜਾਂਦੀਆਂ ਜੀ। ਇੱਕ ਵੀ ਟਾਈ ਹੈ ਜੀ ਸਾਡੇ ਸਾਹਮਣੇ ਨਹੀਂ ਪਾਈ ਗਈ, ਨਾ ਸਾਨੂੰ ਦਿਖਾਇਆ ਗਿਆ। ਜੇ ਅਸੀਂ ਪੁੱਛਿਆ ਤਾਂ ਸਰਕਾਰੀ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਪੁੱਛਿਆ ਸੀ, ਉਹ ਕਹਿੰਦੇ ਵੀ ਸਾਨੂੰ ਕੋਈ ਪਤਾ ਨਹੀਂ ਇਹ ਉੱਤੋਂ ਬਣ ਕੇ ਆਈਆਂ। ਸਾਨੂੰ ਕੱਲ੍ਹ ਸਾਰਿਆਂ ਨੂੰ ਇਹੀ ਦੱਸਿਆ ਗਿਆ ਵੀ ਉੱਪਰੋਂ ਬਣ ਕੇ ਆਈਆਂ, ਸਾਡੀ ਟੀਮ ਜਿੱਤ ਕੇ ਹੁਣ ਸੈਮੀਫਾਈਨਲ 'ਚ ਹੈਗੀ ਹੈ, ਅਤੇ ਉੱਧਰ ਜਿਹੜੀ ਭੋਖੜਾ ਗਾ ਜਿਹੜਾ ਇਹਦਾ ਕੋਚ ਹੈਗਾ ਰਾਜੂ, ਉਹਨੇ ਟਾਈਆਂ ਅੱਜ ਮੈਂ ਪੁੱਛਿਆ, ਉਹ ਕਹਿੰਦਾ ਜੀ ਮੈਂ ਆਪ ਪਾਈਆਂ ਟਾਈਆਂ। ਪਹਿਲਾਂ ਤੁਹਾਨੂੰ ਦੱਸਿਆ ਗਿਆ ਵੀ ਉੱਪਰੋਂ ਟਾਂਗਾ ਪਾਈਆਂ, ਜਿਹੜੀਆਂ ਟਾਈਆਂ ਹੁੰਦੀਆਂ ਜੀ ਇਹ ਸਾਹਮਣੇ ਪਾਈਆਂ ਜਾਂਦੀਆਂ ਟੀਮਾਂ ਦੇ। ਇੱਕ ਪਾਉਂਦਾ ਕੌਣ? ਪਾਉਂਦਾ ਟਾਈ ਪਾਉਂਦਾ ਕੌਣ? ਇਹ ਜਿਹੜਾ ਅਫੀਸ਼ੀਅਲ ਹੁੰਦਾ ਕਨਵੀਨਰ ਹੁੰਦਾ, ਉਹ ਜਿਹੜੀ ਸਾਰੀਆਂ ਟੀਮਾਂ ਦੇ ਕੋਚਾਂ ਦੇ ਸਾਹਮਣੇ ਪਾਉਂਦਾ ਜੀ ਉਹ। ਉਹ ਇੱਥੇ ਕੌਣ ਹੈ? ਇੱਥੇ ਰਾਜੂ ਆ ਜੀ। ਅੱਛਾ, ਪੱਕਾ ਨਾਂ ਨਹੀਂ ਮੈਨੂੰ ਪਤਾ, ਰਾਜੂ ਆ ਜੀ ਉਹ, ਅਤੇ ਉਹਨੇ ਸਾਹਮਣੇ ਪਾਉਣੀਆਂ ਸੀ, ਉਹ ਕਹਿੰਦਾ ਵੀ ਉੱਤਰੋਂ ਪਾ ਕੇ ਆਈਆਂ ਕੋਚ, ਸਾਰੇ ਕਹਿੰਦੇ ਇੱਥੋਂ। ਜੇ ਉਸ ਪਤਾ ਕੀਤਾ ਉਹ ਕਹਿੰਦਾ ਵੀ ਮੈਂ ਪਾਈਆਂ ਇਹ, ਮੈਂ ਪਾਉਣ ਦਾ ਭਾਵ ਕਿ ਆਪਦੀ ਮਰਜ਼ੀ ਨਾਲ ਪਾਈਆਂ ਗਈਆਂ ਹੈਗੀਆਂ। ਜਿਹੜੀ ਆਪਦੇ ਪੂਲ, ਜਿਹੜੀ ਉਹਨਾਂ ਦੀ ਬੀ ਟੀਮ ਆ, ਉਹ ਸਾਰੇ ਪੂਲ ਮਾੜਾ ਪਾ ਕੇ ਆਪਦੀ ਟੀਮ ਸੈਮੀਫਾਈਨਲ, ਉੱਧਰ ਫਾਈਨਲ 'ਚ ਆ ਜੂਗੀ। ਇੱਧਰ ਇਹਨਾਂ ਨੇ ਤਗੜੀ ਟੀਮ ਪਾਤੀ, ਸਾਰੀਆਂ ਤਗੜੀਆਂ ਟੀਮਾਂ ਇੱਕ ਪੂਲ 'ਚ ਕਰਤੀਆਂ, ਮਾੜੀਆਂ ਟੀਮਾਂ ਇੱਕ ਪੂਲ 'ਚ ਪਾ ਕੇ ਉੱਤੋਂ ਦੋਵੇਂ ਟੀਮਾਂ ਮਤਲਬ ਮੇਰੇ ਫਾਈਨਲ ਖੇਡ ਜਾਣਾ। ਇਹ ਧੱਕਾ ਹੋਇਆ। ਫਿਰ ਨੰਬਰ 2 'ਤੇ ਜੀ ਰਸ਼ਪਾਲ ਸਿੰਘ ਹੈ, ਉਹ ਗੁੰਮਟੀ ਕਲਾਂ ਦਾ, ਜਿਹਨਾਂ ਨੂੰ ਬਲਾਕ ਪੈਂਦਾ ਉਹ ਭਗਤਾ ਬਲਾਕ ਪੈਂਦਾ ਜੀ ਉਹਨੂੰ, ਅਤੇ ਖੇਡੀ ਉਹ ਭੋਖੜੇ ਜਾਂਦਾ ਗੋਨਾ ਬਲਾਕ 'ਚ ਖੇਡੀ ਜਾਂਦਾ ਜੀ ਉਹ। ਮਤਲਬ ਸ਼ਰੇਆਮ ਸਾਡੇ ਨਾਲ ਧੱਕਾ ਹੋ ਰਿਹਾ ਜੀ। ਇਹ ਚੰਗੀਆਂ ਟੀਮਾਂ, ਬਠਿੰਡਾ ਆਈ ਸੀਗੀ, ਭਗਤਾ ਆਈ ਸੀ, ਚੰਗੀਆਂ ਟੀਮਾਂ ਇੱਕ ਪੂਲ 'ਚ ਕਰਕੇ ਬਾਹਰ ਕਰਦੇ, ਕਿਉਂਕਿ ਜਿਹੜਾ ਸਟੇਟ 'ਚ ਜਾਊਗੀ ਉਹ ਸਲੈਕਸ਼ਨ ਹੋ ਕੇ ਜਾਊ, ਚੰਗੇ ਬੱਚੇ ਜਾਣਗੇ, ਤਾਂ ਇਹਦਾ ਮਤਲਬ ਗੋਨਿਆਂ ਨਾਲ ਦੋਵੇਂ ਪਾਸੇ ਏ ਵੀ ਜਿੱਤ ਗਈ, ਬੀ ਵੀ ਜਿੱਤ ਗਈ, ਅਤੇ ਇਕੱਲੀ ਗੋਨਿਆਂ ਨਾਲ ਜਾਊਗੀ ਜੀ। ਤੁਸੀਂ ਗੱਲ ਕੀਤੀ ਰਸ਼ਪਾਲ ਹੋਣਾਂ ਦੀ, ਮੈਨੂੰ ਨਹੀਂ ਪਤਾ ਕੌਣ ਨੇ, ਪਰ ਤੁਸੀਂ ਕਹਿ ਰਹੇ ਹੋ ਵੀ ਉਹ ਦੋ ਬ੍ਰਦਰ, ਹਾਂਜੀ ਦੋ ਬ੍ਰਦਰ ਆ ਜੀ, ਉਹ ਪੁਲਿਸ ਦੀ ਡਿਊਟੀ ਕਰਦੇ ਆ, ਠੀਕ ਹੈ ਜੀ, ਗੁੰਮਟੀ ਗਲਾਂ ਦੀ ਹੈ ਜੀ, ਜੁੜਵੇ ਬ੍ਰਦਰ ਆ। ਇੱਕ ਉਹਨਾਂ 'ਚੋਂ ਇੱਕ ਬ੍ਰਦਰ ਉਹਨਾਂ ਦਾ ਬੀ ਟੀਮ 'ਚ ਖੇਡ ਰਿਹਾ, ਇੱਕ ਬ੍ਰਦਰ ਏ ਟੀਮ 'ਚ ਖੇਡ ਰਿਹਾ। ਉਹ ਖੇਡਣਾ ਉਹਨਾਂ ਨੇ ਭਗਤੇ ਵੱਲੋਂ ਸੀਗੇ ਜੀ, ਕਿਉਂਕਿ ਰਹਿਸ਼ ਉਹਨਾਂ ਦੀ ਗੁੰਮਟੀ ਗਲਾਂ ਜੀ। ਇਹ ਗੇਮਾਂ ਜੀ ਗੇਮਾਂ ਕਿਹੜੀਆਂ ਜੀ, ਇਹ ਪੇਂਡੂ ਲੈਵਲ 'ਤੇ ਆ, ਇੱਕ ਮਤਲਬ ਰਹਿਸ਼ ਹੋਣੀ ਚਾਹੀਦੀ ਹੈ ਬੰਦੇ ਦੀ, ਉਹ ਬਲਾਕ ਦੇ ਵਿੱਚ ਕਿਹੜੇ ਬਲਾਕ ਵੱਲੋਂ ਖੇਡ ਰਹੇ ਹਾਂ ਆਪਾਂ ਜੀ, ਪਰ ਇਹ ਨਾ ਸਾਡੀ ਸੁਣ ਰਹੇ, ਅਸੀਂ ਕਹਿ ਰਹੇ ਹਾਂ ਜੀ, ਇਹ ਸਾਡੇ ਨਾਲ ਕੋਈ ਉਹ ਨਹੀਂ ਦੇ ਰਹੇ, ਠੀਕ ਹੈ ਜੀ, ਇਹ ਧੱਕਾ ਹੀ ਕਰ ਰਹੇ। ਇੱਕਦਮ ਰਾਜੂ ਹੈ ਜੀ, ਕਿਹੜਾ ਉਹਨਾਂ ਦੀ ਟੀਮ ਆ ਜੀ, ਉਹ ਮਤਲਬ ਗੋਨਿਆਂ ਬਲਾਕ ਪੈਂਦਾ ਜੀ ਉਹਨਾਂ ਨੂੰ, ਉਹ ਖੜਾ ਰਿਹਾ ਜੀ, ਉਹਨੂੰ ਧੱਕੇ ਨਾਲ ਹੀ ਖੜਾ ਰਿਹਾ ਜੀ ਸ਼ਰੇਆਮ। ਇੱਕ ਜਦੋਂ ਇੱਥੇ ਟੀਮ ਆਉਂਦੀ ਹੈ, ਟੀਮ ਦੇ ਕੋਈ ਆਧਾਰ ਕਾਰਡ, ਕੋਈ ਆਈ ਡੀ ਪਰੂਫ, ਇਹ ਸਾਰੇ ਚੈੱਕ ਕਰਦੇ? ਆਧਾਰ ਕਾਰਡ ਮੇਨ ਆ ਜੀ, ਕਿਉਂਕਿ ਆਧਾਰ ਕਾਰਡ ਨਾਲ ਰਹਿਸ਼ੀ ਪਰੂਫ ਪਤਾ ਲੱਗਦਾ ਜੀ ਆਪਾਂ, ਠੀਕ ਹੈ। ਬਾਕੀ ਜੀ ਆਧਾਰ ਕਾਰਡ ਅੱਜ ਕੱਲ੍ਹ ਕੋਈ ਨਾ ਕੋਈ ਕਿਸੇ ਪਿੰਡ ਦਾ ਬਣਾਈ ਜਾਂਦਾ ਜੀ ਜਾਲੀ, ਠੀਕ ਹੈ ਜੀ, ਦੋ ਨੰਬਰ 'ਚ। ਪਰ ਸਰਕਾਰੀ ਮੁਲਾਜ਼ਮ ਆ ਜੀ, ਉਹਨਾਂ ਦਾ ਆਈ ਕਾਰਡ ਚੈੱਕ ਕੀਤਾ ਜਾਵੇ, ਉਹਦੇ ਉੱਤੇ ਰਿਹਾਇਸ਼ ਲਿਖੀ ਹੁੰਦੀ ਹੈ ਜੀ, ਠੀਕ ਹੈ, ਉਹ ਤੋਂ ਪਤਾ ਲੱਗ ਜੂਗਾ ਵੀ ਗੋਨਿਆਂ ਨੇ ਭੋਖੜੇ ਰਹਿ ਰਿਹਾ ਉਹ ਕਿ ਗੁੰਮਟੀ ਗਲਾਂ ਰਹਿ ਰਿਹਾ ਜੀ। ਉਹ ਕਹਿੰਦਾ ਮੈਂ ਭੋਖੜੇ ਬੈਂਕ 'ਚ ਖੇਡਦਾ, ਉਹ ਮੁੰਡਾ ਕਹਿੰਦਾ। ਹੁਣ ਤੁਸੀਂ ਆਹ ਵੀ ਦੇਖ ਲਓ ਜੀ, ਇੱਕ ਦੀ ਤਾਂ ਮਲੇਰਕੋਟਲੇ ਡਿਊਟੀ ਹੈ ਜੀ, ਠੀਕ ਹੈ, ਦੂਸਰੇ ਦੀ ਡਿਊਟੀ ਪਤਾ ਨਹੀਂ ਕਿੱਥੇ, ਉਹ ਵੀ ਡਿਊਟੀ ਕਰਨਗੇ ਕਿ 24 ਘੰਟੇ ਬੈਂਕ 'ਚ ਤਾਂ ਉਹੀ ਪਲੇਅਰ ਖੇਡ ਸਕਦਾ ਕਿਹੜਾ ਉੱਥੇ ਰਿਹਾਇਸ਼
ਰੁਪਿੰਦਰ ਜੀ ਕੀ ਹਾਲ ਆ ਬ੍ਰਦਰ? ਸ਼ਮਿੰਦਰ ਬੋਲ ਰਿਹਾ। ਠੀਕ ਹੋ? ਮੈਂ ਨਾ ਇੱਥੇ ਸੀਗਾ ਆਪਣਾ ਰਜਿੰਦਰਾ ਕਾਲਜ ਦੇ ਵਿੱਚ। ਅੱਛਾ ਅੱਛਾ ਜੀ। ਤੇ ਤੁਸੀਂ ਕਿੱਥੇ ਹੋ? ਤੁਸੀਂ ਕੌਣ? ਸ਼ਮੀ ਕੌਣ ਜੀ? ਸ਼ਮਿੰਦਰ ਬੋਲ ਰਿਹਾ। ਕੀ ਹਾਲ ਆ ਮੇਰੇ ਸ਼ਹਿਰ ਦਾ? ਅੱਛਾ ਅੱਛਾ ਸ਼ਮਿੰਦਰ ਜੀ, ਠੀਕ ਹੈ। ਕੀ ਗੱਲ, ਨੰਬਰ ਫੀਡ ਨਹੀਂ? ਨੰਬਰ ਇੱਕ ਨਾ ਹੋਰ ਦੀ ਸ਼ਮੀ ਸ਼ਮੀ ਮੁੰਡਾ ਵਾਲੀਬਾਲ ਦਾ। ਨਹੀਂ 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 ਨਹੀਂ। ਅੱਛਾ, ਮੈਂ ਤਾਂ ਹੀ ਕਹਿੰਦਾ, ਮੈਂ ਕਿਹਾ ਨੰਬਰ ਫੀਡ ਆ ਗੱਲ ਇਹ ਪਤਾ ਨਹੀਂ ਤੁਹਾਡਾ। ਅੱਛਾ, ਦੂਜਾ ਨੰਬਰ ਫੀਡ ਹੋਣਾ ਨਾ, ਕੋਈ ਗੱਲ ਨਹੀਂ, ਚਲੋ। ਹਾਂਜੀ ਹਾਂਜੀ, ਹੁਕਮ ਕਰੋ ਸਰ। ਮੈਂ ਸਟੇਡੀਅਮ ਸੀ ਇਧਰ ਮਲਟੀਪਰਪਸ ਜੀ। ਕੁਝ ਨਹੀਂ, ਐਕਚੁਅਲੀ ਨਾ ਇੱਥੇ ਇੱਕ ਟੀਮ ਵਾਲੇ ਨੂੰ ਪ੍ਰੋਬਲਮ ਹੈ, ਉਹ ਮੈਂ ਰਿਕਾਰਡ ਹੀ ਕਰ ਰਿਹਾ ਤੁਹਾਡੀਆਂ ਸਾਰੀਆਂ ਗੱਲਾਂ। ਠੀਕ ਹੈ। ਤੇ ਉਹ ਹੁਣ ਉਹ ਕਹਿ ਰਹੇ ਵੀ ਕੋਈ ਬਲੌਕ ਵਾਈਜ਼ ਹੈ, ਕੋਈ ਪੁਲਿਸ ਵਾਲੇ ਨੇ, ਉਹ ਕਿਸੇ ਹੋਰ ਬਲੌਕ ਦੇ ਨੇ, ਇੱਥੇ ਰਾਜੂ ਹੋਣੀ ਨੇ, ਉਹਨਾਂ ਨੇ ਆਪਣੇ ਹਿਸਾਬ ਨਾਲ ਸਾਰਾ ਕੁਝ ਕੀਤਾ, ਤੇ ਮੈਨੂੰ ਇਹ ਸੀ ਵੀ ਕਨਫਿਊਜ਼ਨ ਦੂਰ ਹੋ ਜਾਏ। ਅੱਛਾ 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 ਜੀ। ਤੇ ਹੁਣ ਜਿਹੜਾ ਬੰਦਾ ਮੇਰੇ ਸਾਹਮਣੇ ਨਹੀਂ, ਦੇਖੋ ਪਤਾ ਕੀ ਹੈ, ਮੇਰੀ ਇੱਕ ਬੇਨਤੀ ਸੁਣੋ, ਜਿਹੜੇ ਤੁਹਾਡੇ ਇੱਥੇ ਕਨਵੀਨਰ ਨੇ, ਕੌਣ ਨੇ, ਜਿਹੜੇ ਵੀ ਨੇ, ਉਹ ਇੱਥੇ ਹੈ ਨਹੀਂ ਐਟ ਪ੍ਰੈਜੈਂਟ। ਤੇ ਆਈ ਥਿੰਕ ਇੱਕ ਰਾਜੂ ਜੀ ਨੇ, ਸ਼ਾਇਦ ਰਾਜੂ ਜੀ ਨੇ, ਉਹ ਵੀ ਆਈ ਥਿੰਕ ਹੈ ਨਹੀਂ ਗਏ, ਤੇ ਉਹੀ ਕਨਵੀਨਰ ਨੇ ਆਈ ਥਿੰਕ, ਰਾਜੂ ਹੁਣੀ ਵੀ ਕਨਵੀਨਰ ਨੇ। ਤੇ ਉਹ ਇੱਕ ਸਾਡੇ ਛੋਟੀ ਭੈਣ ਹੈ, ਉਹ ਲਿਖ ਰਹੀ ਸੀਗੀ ਕੀ ਇਹਨੂੰ ਕਹਿੰਦੇ ਨੇ ਸਕੋਰ ਵਗੈਰਾ, ਮੈਂ ਉਹਨਾਂ ਨੂੰ ਪੁੱਛਿਆ ਸੀ, ਤੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਗੱਲ ਕਰਨ ਦਾ, ਉਹ ਕਹਿੰਦੇ ਮੈਂ ਸਕੋਰਿੰਗ ਕਰ ਰਹੀ ਹਾਂ, ਭਾਵੇਂ ਉਹ ਜੇ 30 ਸੈਕਿੰਡ ਮਿਲੇ ਸੀ ਉਹਦੇ 'ਚ ਵੀ ਉਹਨਾਂ ਨੇ ਇਹ ਜ਼ਹਿਮਤ ਨਹੀਂ ਚੁੱਕੀ ਕਿ ਮੈਂ ਖੜੀ ਹੋ ਕੇ ਭਰਾ ਨਾਲ ਗੱਲ ਕਰ ਲਾਂ। ਹੈ ਨਹੀਂ, ਹੈ ਨਹੀਂ ਬ੍ਰਦਰ, ਹੈ ਨਹੀਂ। ਚਲੋ, ਹੋ ਸਕਦਾ ਬੰਦਾ ਪਾਣੀ ਪੂਣੀ ਪੀਣ ਚਲਾ ਜਾਂਦਾ, ਬਾਥਰੂਮ ਚਲਾ ਜਾਂਦਾ, ਹੁਣ ਕਿਤੇ ਵੀ ਜਾ ਸਕਦਾ, ਪਰ ਉਹ ਕਨਫਿਊਜ਼ਨ ਹੈ ਜਿਹੜੀ, ਉਹ ਤੁਸੀਂ, ਤੁਹਾਡੇ ਕੋਲ ਮੈਂ ਉੱਥੇ ਆ ਜਾਣਾ, ਜੇ ਤੁਸੀਂ ਇੱਥੇ ਨਹੀਂ ਆ ਸਕਦੇ ਤਾਂ ਦੂਰ ਕਰੀਏ ਇਹਨੂੰ। ਕਿੱਥੇ ਹੋ? ਕਿੱਥੇ ਹੋ ਤੁਸੀਂ? ਕਿੱਥੇ ਹੋ? ਚਲੋ, ਮੈਂ ਇੱਕ ਵਾਰੀ ਤੁਹਾਡੇ ਉਹਨਾਂ ਨਾਲ ਗੱਲ ਕਰਕੇ ਫਿਰ ਮੈਂ ਉੱਥੇ ਆਉਣਾ। ਸਕੂਲ ਦੀ ਗੱਲ ਵੀ ਦੱਸਦੇ ਹਾਂ, ਉੱਥੇ ਵੀ ਇਹਨਾਂ ਨੇ, ਉਹ ਵੀ ਹੈ ਜੀ, ਹਾਂ, ਇਹਦੇ ਵਿੱਚ ਵੀ ਹੋਇਆ ਫਾਈਨਲ ਮੈਚ। ਫਾਈਨਲ ਸਰ ਬੈਸਟ ਆਫ 3 ਲੱਗਦਾ ਹੁੰਦਾ, ਫਾਈਨਲ ਮੈਚ ਜਾਂ ਸੈਮੀ ਫਾਈਨਲ ਜੀ, ਉਹਦੇ ਵਿੱਚ ਇਹਨਾਂ ਨੇ ਲਵਾ ਕੇ ਬੈਸਟ ਆਫ 5 ਲੱਗਣਾ ਸੀਗਾ, ਇਹਨਾਂ ਨੇ 3 ਤੇ ਲਵਾ ਕੇ ਇਹਨਾਂ ਦੀ ਪੋਜੀਸ਼ਨ ਆ ਗਈ, ਕਹਿੰਦੇ ਜੀ ਅਸੀਂ ਨਹੀਂ ਲਵਾਉਣਾ, ਫਿਰ ਉਹਨਾਂ ਨੇ ਜਦੋਂ ਰੌਲਾ ਰੂਲਾ ਪੈਣ ਤੋਂ ਬਾਅਦ 'ਚ ਲੱਗਿਆ ਉਹ, ਵੀ ਇਹੋ ਜਿਹੀਆਂ ਗੱਲਾਂ ਕਰਨ ਦੀ ਲੋੜ ਹੀ ਨਾ ਪਵੇ ਜੀ। ਟੂਰਨਾਮੈਂਟ ਵੀ ਦੱਸ ਦਿਓ, ਕਿਹੜਾ ਟੂਰਨਾਮੈਂਟ ਵੀ ਇਹੀ ਸੀ, ਪਰਸੋਂ ਦੀ ਗੱਲ ਹੈ ਜੀ। ਸਰ ਇਹ ਐਜੂਕੇਸ਼ਨ ਵਾਲਾ ਟੂਰਨਾਮੈਂਟ ਸੀ, ਉਹਦੀ ਗੱਲ ਕਰ ਰਹੇ ਆ, ਇਹਦੇ 'ਚ 5 ਸੈੱਟ ਹੀ ਲੱਗੇ ਆ। ਨਹੀਂ ਨਹੀਂ, ਇੱਕ ਮਿੰਟ ਪਹਿਲਾਂ ਕਲੀਅਰ ਕਰੀਏ, ਪਹਿਲਾਂ ਸਰ ਮੇਰੀ ਇੱਕ ਗੱਲ ਸੁਣੋ, ਪਹਿਲਾਂ ਆਪਾਂ ਗੱਲ ਕਲੀਅਰ ਕਰੀਏ ਵੀ ਕਿਹੜਾ ਸੀ। 14 ਸਾਲ ਵਤਨ ਪੰਜਾਬ ਦੀਆਂ, ਇਹਨਾਂ ਖੇਡਾਂ ਦੀ ਗੱਲ ਕਰਦੇ ਆ, ਉਹ ਮੁੰਡਾ ਦੂਜਾ ਲੈ ਕੇ ਗਿਆ ਹੈਗਾ, ਇਹਦੇ 'ਚ 5 ਸੈੱਟ ਲੱਗੇ ਨਾ, ਪਹਿਲਾਂ ਤੁਸੀਂ 3 ਤੇ ਉਹਨੂੰ ਬੰਦ ਕਰਤਾ ਸੀ ਨਾ, ਰੌਲਾ ਪਾਉਣ ਤੋਂ ਬਾਅਦ, ਰੌਲਾ ਪਾਉਣ ਤੋਂ ਬਾਅਦ ਤੁਸੀਂ ਉਹਨੂੰ ਲਵਾਇਆ ਹੈਗਾ, ਹੁਣ ਤੁਸੀਂ ਇਹ ਕਹਿ ਰਹੇ ਸੀ ਕਿ 3 ਲੱਗੇ ਆ, ਠੀਕ ਹੈ ਜੀ। ਨਹੀਂ, 3 ਤੋਂ ਬਾਅਦ ਤੁਸੀਂ ਆਖਿਆ ਵੀ ਮੈਂ ਬਸ ਇਹ ਤਾਂ ਲੱਗ ਗਿਆ ਸਾਡਾ ਬੈਸਟ ਆਫ 3 ਸੀ, ਉਹਨਾਂ ਨੇ ਜਦੋਂ ਰੌਲਾ ਪਾਇਆ ਫਿਰ ਤੁਸੀਂ ਬੈਸਟ 5 ਲਵਾਇਆ ਜੀ। ਉਹ ਆਪਣਾ ਇਹਨਾਂ ਦੇ ਇੰਚਾਰਜ ਹੋਣਗੇ ਜੀ, ਆਪਣਾ ਨਿਰਮਲ ਸਿੰਘ ਨਿੰਮਾ ਨੇ ਜੀ, ਆਪਣਾ ਕੋਟ ਸ਼ਮੀਰ ਦੇ, ਉਹਨਾਂ ਨੂੰ ਤੁਸੀਂ ਬੁਲਾ ਲਓ ਸਰ, ਠੀਕ ਹੈ। ਵੀ ਜੇ ਆਹ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੋਈ ਹੋਵੇ ਵੀ ਅਸੀਂ ਬੈਸਟ ਆਫ 3 ਕਿਹਾ ਹੋਵੇ ਪਹਿਲਾਂ, ਵੀ ਬਾਅਦ 'ਚ ਅਸੀਂ ਰੌਲਾ ਪਾ ਲਿਆ ਹੋਵੇ, ਇਹੋ ਜਿਹੀ ਕੋਈ ਗੱਲ ਹੋਈ ਹੋਵੇ, ਇਹ ਸਰ ਐਜੂਕੇਸ਼ਨ ਵਾਲੇ ਟੂਰਨਾਮੈਂਟ ਦੀ ਗੱਲ ਕਰ ਰਹੇ ਆ, ਉਹ ਤਾਂ ਇਹਨਾਂ ਦਾ ਟੂਰਨਾਮੈਂਟ ਸੀ, ਇਹਨਾਂ ਦੀ ਡਿਸੀਜਨ ਸੀ ਸਾਰੇ, ਸਾਡਾ ਤਾਂ ਉਹਦੇ 'ਚ ਕੁਛ ਨਹੀਂ ਸੀ, ਮੈਂ ਤਾਂ ਟੀਮ ਲੈ ਕੇ ਆਇਆ। ਇੱਥੇ ਅਸੀਂ ਉਹ ਦੱਸੋ ਜੀ, ਇਹ ਹੁਣ ਇੰਚਾਰਜ ਖੜੇ, ਇਹਨਾਂ ਨੂੰ ਪੁੱਛੋ ਜੀ, ਫਿਕਚਰ ਕਿਸੇ ਨੂੰ ਪੁੱਛ ਕੇ ਪਾਏ ਸੀ ਉੱਥੇ, ਕਿਸੇ ਸਰਕਾਰੀ ਟੀਚਰ, ਕੋਈ ਕੋਚ, ਇਹਨਾਂ ਦੇ ਕਨਵੀਨਰ ਨੇ ਕਰਤਾ ਜੀ, ਉਹ ਮਤਲਬ ਇੱਕ ਸਵਾਲ ਹੀ ਹੈ ਜੀ, ਲਾਟਰੀ ਸਿਸਟਮ ਨਾਲ ਫਿਕਚਰ ਪੈਂਦੇ ਹੁੰਦੇ ਆ ਜੀ, ਠੀਕ ਆ, ਘੱਟੋ ਘੱਟ ਉਹਦੇ 'ਤੇ ਆ ਫਿਕਚਰ ਦੀ ਮੇਰੇ ਕੋਲ ਫੋਟੋ ਪਈ ਆ, ਸਿਰਫ 2 ਜਣਿਆਂ ਦੀ, ਇਹਨਾਂ ਦੇ ਸੈਨਾ ਕਨਵੀਨਰ ਅਤੇ ਕੱਲੇ ਦੀ ਹੈ ਸਰ। ਹਰ ਸਾਲ ਹੀ ਸਾਡਾ ਜਿਹੜਾ ਖੇਡ ਵਿਭਾਗ ਦਾ ਟੂਰਨਾਮੈਂਟ ਹੈ, ਇਹ ਕੋ ਕਨਵੀਨਰ ਹੀ ਹਰ ਸਾਲ ਫਿਕਚਰ ਪਾਉਂਦੇ ਆ, ਹਰ ਸਾਲ ਇਹ ਸਾਰੀਆਂ ਗੇਮਾਂ 'ਚ ਹੀ ਐਂ ਹੁੰਦਾ ਸਰ, ਜੇ ਕੋਈ ਇਹਦੇ 'ਚ ਇਹ ਹੋਵੇ, ਠੀਕ ਹੈ ਜੀ, ਕਿਉਂਕਿ ਅਸੀਂ ਹੁਣ ਵੇਟ ਨਹੀਂ ਨਾ ਕਰ ਸਕਦੇ, ਕੋਈ ਪੇਂਡੂ ਟੂਰਨਾਮੈਂਟ ਨਹੀਂ ਹੈਗਾ, ਅਸੀਂ ਮਤਲਬ, ਠੀਕ ਹੈ ਜੀ, ਟੀਮਾਂ ਦੇ ਹਿਸਾਬ ਨਾਲ ਅਸੀਂ ਫਿਕਚਰ ਪਹਿਲਾਂ ਪਾ ਲਿਆ, ਕਿਉਂਕਿ ਜੇ ਅਸੀਂ ਇੱਥੇ ਹੁਣ ਮਤਲਬ ਵੇਟ ਕਰਾਂਗੇ ਤਾਂ ਸਾਨੂੰ ਪਤਾ ਵੀ ਟੂਰਨਾਮੈਂਟ ਨਹੀਂ ਨਿਬੜਨਾ ਜੀ, ਠੀਕ। ਚਲੋ, ਕੈਟਾਗਰੀਆਂ ਸਰ, 4 ਕੈਟਾਗਰੀਆਂ ਨੇ, ਲੜਕੀਆਂ 'ਚ 4 ਸੀ, 4 ਲੜਕਿਆਂ 'ਚ ਹੈ। ਹੁਣ
ਛੱਡ ਦੀ ਆਪਾਂ ਇਸ ਗੱਲ ਨੂੰ ਜਦੋਂ ਆਪਣੇ ਪਲੇਅਰਸ ਆਉਂਦੇ ਨੇ ਉਹਨਾਂ ਦਾ ਆਪਾਂ ਡਾਟਾ ਕਲੈਕਟ ਕਰਦੇ ਹਾਂ ਉਹਨਾਂ ਦੇ ਜਿਹੜੇ ਆਧਾਰ ਕਾਰਡ ਨੇ ਉਹਨਾਂ ਦੇ ਵੋਟਰ ਕਾਰਡ ਵਾਟ ਐਵਰ ਜੋ ਵੀ ਤੁਸੀਂ ਫਾਰਮੈਲਿਟੀਜ਼ ਹੁੰਦੀਆਂ ਉਹ ਕਰਦੇ ਹੋ ਇਹਨਾਂ ਨੇ ਮੈਨੂੰ ਇੱਕ ਲਿਸਟ ਦਿਖਾਈ ਹੈ ਉਹਦੇ 'ਚ ਕਿਸੇ ਦਾ ਵੀ ਕੋਈ ਐਡਰੈਸ ਨਹੀਂ ਕੋਈ ਏਜ ਪਰੂਫ ਨਹੀਂ ਕੋਈ ਇਹ ਨਹੀਂ ਪਤਾ ਵੀ ਕੌਣ ਕਿੱਥੋਂ ਦਾ ਮੇਰੇ ਵਰਗਾ ਜਾ ਕੇ ਕੱਲ੍ਹ ਨੂੰ ਬਟਾਲੇ ਖੇਡ ਲਏ ਉਹ ਜਿਹੜਾ ਸਰ ਅਜਿਹੇ ਕਹਿੰਦੇ ਨੇ ਉਹ ਸਿਲੈਕਸ਼ਨ ਲਿਸਟ ਬਣਾਈ ਹੈ ਉਹ ਪਹਿਲਾਂ ਬਲੌਕ ਹੋਇਆ ਸੀ ਇਹਨਾਂ ਦਾ ਠੀਕ ਹੈ ਜੀ ਇਹਨਾਂ ਦਾ ਜਿਹੜੇ ਮਤਲਬ ਕਨਵੀਨਰ ਲੱਗੇ ਸੀ ਇੱਥੇ ਉਹਨਾਂ ਨੇ ਲਿਸਟ ਦਿੱਤੀ ਹੈ ਉਹਦੇ 'ਚ ਸਾਡਾ ਤਾਂ ਕੋਈ ਨਹੀਂ ਸਾਡੇ ਕੋਲ ਤਾਂ ਉਹ ਲਿਸਟ ਆਈ ਹੈ ਠੀਕ ਹੈ ਜੀ ਬਾਕੀ ਜਿਹੜੀ ਤੁਹਾਡੇ ਕੋਲ ਲਿਸਟ ਪਲੀਜ਼ ਜਦੋਂ ਤੁਹਾਡੇ ਕੋਲ ਲਿਸਟ ਆਈ ਤਾਂ ਤੁਸੀਂ ਦੇਖੋ ਜਿਹੜੇ ਪਲੇਅਰਸ ਨੇ ਤੁਸੀਂ ਉਹਨਾਂ ਨੂੰ ਪੁੱਛਣਾ ਹੈ ਨਾ ਵੀ ਯਾਰ ਇਹਨਾਂ ਦਾ ਕਿੱਥੇ ਹੈ ਏਜ ਪਰੂਫ ਕਿੱਥੇ ਹੈ ਉਹ ਸਰ ਸਾਰਾ ਸਮਰੀ ਸ਼ੀਟ ਆਨਲਾਈਨ ਹੋਈਆਂ ਵੀਆਂ ਉਹਨਾਂ ਦੀਆਂ ਜਿਹੜੀਆਂ ਇਹਨਾਂ ਨੇ ਮੰਗਿਆ ਸੀ ਇਹਨਾਂ ਨੇ ਓਬਜੈਕਸ਼ਨ ਵੀ ਕੀਤਾ ਸੀ ਅਸੀਂ ਇਹਨਾਂ ਨੂੰ ਦਿਖਾਇਆ ਹੈ ਬਾਕੀ ਉਹ ਬੱਚਿਆਂ ਦੇ ਜਿਹੜੇ ਸੀਗੇ ਮੰਨ ਲਓ ਪਰੂਫ ਡੇਟ ਆਫ ਬਰਥ ਪਰੂਫ ਉਹ ਵੀ ਇਹਨਾਂ ਨੂੰ ਦਿਖਾਈ ਹੈ ਇਹਨਾਂ ਨੂੰ ਸੈਟੀਸਫਾਈ ਕਰਕੇ ਤੋਰਿਆ ਜੀ ਅਸੀਂ ਹੋਈ ਸੈਟੀਸਫੈਕਸ਼ਨ ਸੈਟੀਸਫਾਈ ਸਰ ਮੈਂ ਹੋਇਆ ਮੈਂ ਇਹ ਕਹਿੰਦਾ ਵੀ ਉਹ ਮੈਚ ਖੇਡਣਾ ਹੀ ਨਹੀਂ ਸੀ ਬਣਦੀ ਜਦੋਂ ਡਾਟਾ ਹੀ ਨਹੀਂ ਪੂਰਾ ਹੈਗਾ ਜੀ ਕਿਉਂ ਖੇਡੀ ਉਹ ਜਦੋਂ ਉਹਨਾਂ ਨੇ ਹਦਾਇਤਾਂ ਸਰਕਾਰ ਦੀਆਂ ਜੀ ਆਹ ਮੈਂ ਦਿਖਾ ਰਿਹਾ ਹੈਗਾ ਇਹ ਕਹਿੰਦੇ ਕੋਈ ਨਹੀਂ ਇਹਦਾ ਸਾਨੂੰ ਨਾ ਕਹਿੰਦੇ ਇਹ ਚੀਜ਼ਾਂ ਦਿਖਾਓ ਕਿਹੜੀਆਂ ਚੀਜ਼ਾਂ ਕੀ ਹਦਾਇਤਾਂ ਵੀ ਹਦਾਇਤਾਂ ਕਹਿੰਦੇ ਸਾਨੂੰ ਸਾਰਾ ਕੁਝ ਪਤਾ ਹੈਗਾ ਸਰ ਹੁਣ ਉਹੀ ਗੱਲ ਆ ਗਈ ਮੰਨ ਲਓ ਹਦਾਇਤਾਂ ਸਾਰੀਆਂ ਅਸੀਂ ਉਹ ਕਰਕੇ ਕਰ ਰਹੇ ਹਾਂ ਹਦਾਇਤਾਂ ਸਰਕਾਰ ਦੀਆਂ ਹਦਾਇਤਾਂ ਸਿਲੈਕਸ਼ਨ ਲਿਸਟ ਹੈ ਸਰ ਆਪਣੀ ਇੰਟਰੋ ਦੇ ਕੇ ਤੁਸੀਂ ਜੋ ਮਰਜ਼ੀ ਮੈਂ ਹੈਡਮਾਸਟਰ ਹਾਂ ਜੀ ਜੀ ਪੰਜਾਬ ਦਾ ਯੰਗੈਸਟ ਹੈਡਮਾਸਟਰ ਹਾਂ ਜੀ ਜੀ ਗਵਰਨਮੈਂਟ ਹਾਈ ਸਕੂਲ ਸਨਾਣਾ ਜੋਬ ਕਰਦਾ ਜੀ ਜੀ ਇਹਨਾਂ ਨੂੰ ਇੱਕ ਗੱਲ ਪੁੱਛੋ ਇਹਨਾਂ ਨੇ ਫਿਕਸਚਰ ਕਿਸ ਤਰ੍ਹਾਂ ਪਾਏ ਹੈ ਜੀ ਕੀ ਫਿਕਸਚਰ ਬਿਨਾਂ ਟੀਮ ਇੰਚਾਰਜਾਂ ਤੋਂ ਬਿਨਾਂ ਸਾਰੇ ਸਟਾਫ ਤੋਂ ਪੈ ਜਾਣਗੇ ਜੀ ਫਿਕਸਚਰ ਸਰ ਸਾਡੇ ਜਿਹੜਾ ਖੇਡ ਵਿਭਾਗ ਦਾ ਹੁੰਦਾ ਹਰ ਸਾਲ ਐਂ ਪੈਂਦੇ ਆ ਸਾਡੇ ਕਿਉਂਕਿ ਸਾਡਾ ਜਿਹੜਾ ਇੰਚਾਰਜ ਹੁੰਦੇ ਆ ਕਨਵੀਨਰ ਕੋ ਕਨਵੀਨਰ ਦੋ ਲੱਗੇ ਹੁੰਦੇ ਆ ਸਰ ਇਹੀ ਫਿਕਸਚਰ ਮਨਮਰਜ਼ੀ ਕਰ ਸਕਦੇ ਆ ਨਹੀਂ ਮਨਮਰਜ਼ੀ ਨਹੀਂ ਸਰ ਬਿਲਕੁਲ ਮਨਮਰਜ਼ੀ ਬਿਲਕੁਲ ਨਹੀਂ ਸਰ ਜੇ ਤਾਂ ਇਹਦੇ 'ਚ ਇਹਨਾਂ ਨੂੰ ਇਹ ਲੱਗਦਾ ਦੇਖੋ ਸਾਡੀ ਆਪਦੀ ਟੀਮ ਉਸੇ ਪਾਸੇ ਖੇਡ ਰਹੀ ਹੈ ਜਿਹੜੇ ਪਾਸੇ ਇਹ ਕਹਿੰਦੇ ਆ ਜਾਂ ਤਾਂ ਇਹ ਹੋਵੇ ਨਾ ਵੀ ਅਸੀਂ ਆਪਦੀ ਟੀਮ ਨੂੰ ਬੈਨੀਫਿਟ ਦਿੱਤਾ ਵੀ ਦੂਜੇ ਪਾਸੇ ਹੈ ਨਾ ਜੀ ਮਤਲਬ ਸਾਡੀ ਟੀਮ ਉੱਧਰ ਹੀ ਖੇਡ ਰਹੀ ਹੈ ਸਾਡਾ ਮੈਚ ਹੈ ਜੀ ਇਹਨਾਂ ਨਾਲ ਹੋਣਾ ਹੈ ਫਿਕਸਚਰ ਦਿਖਾਇਓ ਜੀ ਆਹ ਮੈਚ ਇੱਕ ਹੋ ਗਿਆ ਇਹ ਤੋਂ ਬਾਅਦ ਇਹਨਾਂ ਨਾਲ ਹੀ ਹੋਣਾ ਸਾਡਾ ਮੈਚ ਮੈਂ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਇਹ ਜਗਜੀਤ ਸਿੰਘ ਨੇ ਮਤਲਬ ਪਹਿਲਾਂ ਵੀ ਵਾਲੀਬਾਲ ਖੇਡਦੇ ਰਹੇ ਨੇ ਕਾਫੀ ਤਾਂ ਹੀ ਕੋਚ ਬਣੇ ਨੇ ਅਤੇ ਜਿਹੜਾ ਪਲੇਅਰ ਹੁੰਦਾ ਕੋਚ ਹੁੰਦਾ ਲੰਬਾ ਸਮਾਂ ਖੇਡਦਾ ਉਹਨੂੰ ਪਤਾ ਹੁੰਦਾ ਕਿੱਥੋਂ ਕਿੱਥੋਂ ਦੀਆਂ ਟੀਮਾਂ ਚੰਗੀਆਂ ਕਿੱਥੋਂ ਕਿੱਥੋਂ ਦੀਆਂ ਮਾੜੀਆਂ ਤਾਂ ਇਹਨਾਂ ਨੇ ਬੜੀ ਸਕੀਮ ਨਾਲ ਮਤਲਬ ਦੋ ਪੂਲ ਬਣਾਏ ਜਿਹੜੀਆਂ ਇਹਨਾਂ ਦੀ ਆਪਦੀ ਟੀਮ ਵੀ ਚੰਗੀ ਆ ਆਪਦੀ ਟੀਮ ਜਿਹੜੀ ਚੰਗੀ ਟੀਮ ਸੀ ਬਾਕੀ ਮਾੜੀਆਂ ਟੀਮਾਂ ਨਾਲ ਇੱਕ ਪੂਲ 'ਚ ਰੱਖ ਲਈ ਅਤੇ ਬਾਕੀ ਸਾਰੀਆਂ ਜੋ ਵੀ ਚੰਗੀਆਂ ਭਿੜਨ ਵਾਲੀਆਂ ਟੀਮਾਂ ਸੀ ਉਹ ਤਿੰਨ ਚਾਰ ਟੀਮਾਂ ਸਾਰੀਆਂ ਇੱਕ ਪੂਲ 'ਚ ਰੱਖਤੀਆਂ ਤਾਂ ਕਿ ਬੜੀ ਸਕੀਮ ਨਾਲ ਵੀ ਸਿੱਧੀ ਜਿਹੀ ਗੱਲ ਇਹਨਾਂ ਨੇ ਮਤਲਬ ਇਸ ਤਰ੍ਹਾਂ ਰੱਖੀ ਆ ਵੀ ਤਾਂ ਕਿ ਬੜੀ ਸਕੀਮ ਨਾਲ ਜਿਹੜੀ ਭੋਖੜੇ ਵਾਲੀ ਟੀਮ ਆ ਉਹ ਇੱਕ ਹਿਸਾਬ ਨਾਲ ਇਹਨਾਂ ਨੇ ਡਾਇਰੈਕਟ ਫਾਈਨਲ 'ਚ ਰੱਖ ਲਈ ਕਿਉਂਕਿ ਬਾਕੀ ਟੀਮਾਂ ਖੁਦ ਮਤਲਬ ਮੈਂ ਪਿਛਲੇ ਮੈਂ 2011 ਤੋਂ ਜੋਬ 'ਚ ਹਾਂ ਠੀਕ ਆ ਅਤੇ ਪਹਿਲਾਂ ਤੋਂ ਵੀ ਖੇਡਾਂ ਤੋਂ ਆਉਣਾ ਗਾ ਇਹ ਖੇਡ ਡਿਪਾਰਟਮੈਂਟ ਵਾਲੇ ਮੇਰੇ ਕੋਲ ਪਹਿਲਾਂ ਦੇ ਵੀ ਪਰੂਫ ਪਏ ਨੇ ਇਹਨਾਂ ਦੀ ਕੋਚ ਪਹਿਲਾਂ ਹੁਕਮਜੀਤ ਕੌਰ ਹੁੰਦੀ ਸੀ ਮਤਲਬ ਇਹਨਾਂ ਦਾ ਕੰਮ ਹੀ ਇਹ ਆ ਅੰਡਰ 21 ਵਾਲੇ ਅੰਡਰ 19 'ਚ ਕਢਾ ਦੇਣੇ ਠੀਕ ਆ ਮਤਲਬ ਬਕਾਇਦਾ ਸਬੂਤ ਪਏ ਨੇ ਜੇ ਕਹੋ ਮੈਂ ਉਹ ਹੁਕਮਜੀਤ ਵਾਲੇ ਵੀ ਦੇ ਸਕਦਾ ਮਤਲਬ ਇਹ ਸਪੋਰਟਸ ਡਿਪਾਰਟਮੈਂਟ ਇਸ ਤਰ੍ਹਾਂ ਕਰਦਾ ਠੀਕ ਆ ਉਹ ਐ ਨਹੀਂ ਪਤਾ ਕਿਹਦੀ ਸ਼ਹਿ ਤੇ ਹੁੰਦੇ ਆ ਉਹ ਸਾਡੇ ਬੰਦੇ ਵੀ ਨਾਲ ਕੱਲੇ ਉਹ ਨਹੀਂ ਸਾਡੇ ਬੰਦੇ ਦੇ ਬੰਦੇ ਵੀ ਨਾਲ ਰਲੇ ਹੁੰਦੇ ਆ ਸਾਰੀ ਰਲੀ ਮੋਕੇ ਤੇ ਦੂਸਰੀ ਗੱਲ ਮਤਲਬ ਫਿਕਸਚਰ ਜਿਹੜਾ ਪਿਆ ਇਹ ਕਦੇ ਵੀ ਮਨਮਰਜ਼ੀ ਨਾਲ ਨਹੀਂ ਪੈ ਸਕਦਾ ਜਾਂ ਤਾਂ ਜੇ ਕਹਿੰਦੇ ਵੀ ਉੱਪਰੋਂ ਆਊਗਾ ਤਾਂ ਉੱਪਰੋਂ ਫਿਰ ਡੀਐਸਓ ਵੱਲੋਂ ਆਉਣਾ ਚਾਹੀਦਾ ਇਹ ਨਹੀਂਗਾ ਵੀ ਕਨਵੀਨਰ ਆਪਦੀ ਮਰਜ਼ੀ ਕਰ ਇਹ ਹੋ ਸਕਦਾ ਜੀ ਤੁਸੀਂ ਦੱਸੋ ਜਾਂ ਤਾਂ ਆਫੀਸ਼ੀਅਲੀ ਦੱਸ ਦੇਣ ਵੀ ਇਹ ਮਰਜ਼ੀ ਕਰ ਸਕਦੇ ਆ ਸਰ ਇਹ ਬਿਲਕੁਲ ਨਹੀਂ ਅਸੀਂ ਮਰਜ਼ੀ ਨਾ ਕੀਤੀ ਹੈ ਨਾ ਹੀ ਅਸੀਂ ਕਰਨੀ ਚਾਹੁੰਦੇ ਮੈਂ ਮਤਲਬ ਮੀਡੀਆ ਸਾਹਮਣੇ ਕਿਹਦੀ ਸਹਿਮਤੀ ਨਾਲ ਕਿਹਦੇ ਕਹਿ ਲਓ ਤੁਹਾਨੂੰ ਡੀਐਸਓ ਤੁਹਾਨੂੰ ਨਹੀਂ ਨਹੀਂ ਤੁਸੀਂ ਸਰ ਮੈਨੂੰ ਤੁਸੀਂ ਮੈਨੂੰ ਐਂ ਦੱਸੋ ਜੀ ਸਰ ਤੁਹਾਨੂੰ ਡੀਐਸਓ ਨੇ ਕਿਹਾ ਸੀ ਵੀ ਇਸ ਤਰ੍ਹਾਂ ਫਿਕਸਚਰ ਪਾਓ ਸਰ ਫਿਕਸਚਰ ਅਸੀਂ ਸਾਰਿਆਂ ਨੇ ਸਾਰੀਆਂ ਗੇਮਾਂ ਜੋ ਵੀ ਹੈ ਠੀਕ ਹੈ ਉਹ ਆਪਦੇ ਉਹਨਾਂ ਨੇ ਦੇਖਣਾ ਹੁੰਦਾ ਸ਼ਡਿਊਲ ਦੇਖਣਾ ਹੁੰਦਾ ਕਿਉਂਕਿ ਅਸੀਂ ਪਹਿਲਾਂ ਸ਼ਡਿਊਲ ਦੇਣਾ ਹੁੰਦਾ ਸ਼ਡਿਊਲ ਦੇਤਾ ਤੁਸੀਂ ਅਸੀਂ ਪਰ ਸ਼ਡਿਊਲ ਆ ਗਰੁੱਪਾਂ ਦੇ ਵਿੱਚ ਸ਼ਡਿਊਲ ਪਾਉਣਾ ਹੁੰਦਾ ਕੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਫੇਅਰ ਸਿਸਟਮ ਚਾਹੀਦਾ ਮੇਰੀ ਗੱਲ ਤਾਂ ਸੁਣ ਲਓ ਫੇਅਰ ਕਿਸ ਤਰ੍ਹਾਂ ਹੋਏਗਾ ਫੇਅਰ ਜਦੋਂ ਟੀਮਾਂ ਵੈਸੇ ਜਿਹੜੀਆਂ ਸਿੱਖਿਆ ਵਿਭਾਗ ਦੀਆਂ ਖੇਡਾਂ ਸਿੱਖਿਆ ਵਿਭਾਗ ਦੀਆਂ ਜਿਹੜੀਆਂ ਖੇਡਾਂ ਨੇ ਉਹ ਜਦੋਂ ਹੁੰਦੀਆਂ ਨੇ ਉਹਨਾਂ ਦੇ ਫਿਕਸਚਰ ਬਣਦੇ ਨੇ ਤਾਂ ਨੋਰਮਲੀ ਮੈਂ ਇਹ ਦੇਖਿਆ ਮੈਂ ਜਿਹੜਾ ਸਪੋਰਟਸ ਡਿਪਾਰਟਮੈਂਟ ਦੀਆਂ ਖੇਡਾਂ ਵੀ ਦੇਖੀਆਂ ਪਹਿਲਾਂ ਠੀਕ ਆ ਵੀ ਜਦੋਂ ਟੀਮਾਂ ਪਹੁੰਚ ਜਾਂਦੀਆਂ ਟੀਮ ਇੰਚਾਰਜ ਆ ਜਾਂਦੇ ਆ ਤਾਂ ਪਰਚੀਆਂ ਪਾਈਆਂ ਜਾਂਦੀਆਂ ਲਾਟਰੀ ਸਿਸਟਮ ਦੇ ਨਾਲ ਫਿਕਸ ਮਤਲਬ ਮੈਚ ਫਿਕਸ ਕੀਤੇ ਜਾਂਦੇ ਬਟ ਹੀ ਛੱਡ ਕੇ ਅਸੀਂ ਇਹਨਾਂ ਦਾ ਵੇਟ ਨਹੀਂ ਕਰ ਸਕਦੇ ਟੀਮਾਂ ਦਾ ਹੁਣੇ ਪਤਾ ਨਹੀਂ ਕਦੋਂ ਆਣ ਸਾਰੀਆਂ ਇਕੱਠੀਆਂ ਨਹੀਂ ਹੁੰਦੀਆਂ ਹੁਣ ਇਹ ਕਹਿ ਰਹੇ ਆ ਵੀ ਉਹਦੇ ਨਾਲ ਪੈਂਦੇ ਆ ਇਹਨਾਂ ਦੇ ਬਕਾਇਦਾ ਇਹਨਾਂ ਦੇ ਬਕਾਇਦਾ ਕਨਵੀਨਰ ਜ਼ੋਨਾਂ ਦੇ ਵਿੱਚ ਵੀ ਲੱਗੇ ਨੇ ਟੀਮ ਦੀ ਨਾ ਵੇਟ ਕਰਨ
कन जिहड़े जोनां दे विच जिवें इह खुद भगता जोन तों कन्वीनर सीगे तां जिहड़ी भगता जोन दी इक हिसाब नाल टीम आ रही आ उह भगता जोन दे कन्वीनर अंडर आ रही आ ठीक आ ते जिहड़े कन्वीनर आ उहनां नूं तां सद सकदे आ टीम ना आवे जोनां दे कन्वीनरां नूं बुलाउण ठीक है वह कन्वीनर बह के उन्होंने सामने लाटरियां पै जान टीम जो आऊगी खेड लूगी जवाब ले लिए इस गल ये सर एक मतलब प्रैक्टिकल गल तो हटके गल जी है लगती जी है ना जी पता की गल है जी मतलब असी जो भी है मतलब असी देना होंगे शड्यूल लिसन बहुत अच्छी मेरी गल सुन मैं थोड़ी हर गल सुन रहा जिस तरह इन्होंने कहा प्रिंसीपल साहब ने कि जो सारे जो कन्वीनर ने चलो टीम्स ठीक है टीम में आना बड़ा औखा है ना कन्वीनर तो एक बंदा उन्होंने बुलाया जा सकता अलग अलग टीमों के जो कन्वीनर उन्होंने बुला लिए भी भाई साहब आ जाओ उन्होंने सामने बिल्कुल कन्वीनर सर देखो भगते का तो मैं ही हाँ ठीक है जी इतों वो मैडम बैठे ने बठिंडे दे ओह सी कन्वीनर ठीक है जी यही दो जोनों का रौला पै रहा है ठीक है जी मतलब जे हुण कन्वीनर की गल करते ये तो कन्वीनर तो असीं दोनों इत्थे बैठे हाँ कन्वीनर का तो कोई दिक्कत ही नहीं है गल सर की है कि हुण इन्हां नूं नहीं समझ असीं सानूं पता है असीं शड्यूल देना हुंदा पहलां क्योंकि ग्रुपां दे विच पहलां पुछण लग जांदे आ कि किन्ने बच्चे आउणगे उन्हां दी रिफ्रेशमेंट दा उन्हां दे खाने दा वो सारा कुछ असी पहला करके देना असी जे हुण देखो मैं प्लीज़ 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 शेड्यूलिंग आई थिंक जिन्ना को मैनू समझ आया प्लीज़ शेड्यूल दे विच ये हुंदा कि ए सी बी डी लाइक दिस वो टीम्स दे नाम रखे जाते होंगे है ये तो नहीं उहदे च रखा जाता भी यार गुणियाने वाली है जिहड़ी वो भगते वाले नाल लड़ेगी वो पहला ही डिसाइड आप नहीं कर सकते आप सपोज शेड्यूल देना ना तो असी उसको सिंबोलिक दे सकते होंगे भी ए टीम है वो सी नाल लड़ेगी जिहड़ी डी टीम है वो बी टीम नाल लड़ेगी लाइक दिस ਇਦਾਂ ਹੁੰਦਾ ਤੁਸੀਂ ਇਹੀ ਫਿਕਸਚਰ ਹੈ ਇੱਥੇ ਇਹਨਾਂ ਦੇ ਨਾਮ ਨੇ ਸਰ ਨਹੀਂ ਨਹੀਂ ਸਰ ਇਹੀ ਫਿਕਸਚਰ ਹੈ ਹਾਂ ਮੈਂ ਕਹਿ ਰਿਹਾ ਇਹ ਏ ਬੀ ਕਰਕੇ ਇਹੀ ਤਾਂ ਫਿਕਸਚਰ ਹੈ ਸਰ ਕਿ ਇਹਦਾ ਮੈਚ ਇਹਦੇ ਨਾਲ ਹੋਣਾ ਠੀਕ ਹੈ ਇਹੀ ਫਿਕਸਚਰ ਹੈ ਹੋਰ ਕੁਝ ਨਹੀਂ ਹੈ ਤੁਸੀਂ ਬਾਈ ਨੇਮ ਦਿੱਤਾ ਹੋਇਆ ਨਾ ਉਹ ਪਹਿਲਾਂ ਹੀ ਦਿੱਤਾ ਉਹਨਾਂ ਨੂੰ ਬਿਨਾਂ ਬੁਲਾਏ ਸਰ ਇਸ ਕਰਕੇ ਹੈ ਕਿਉਂਕਿ ਮੰਨ ਲਓ ਭਗਤੇ ਦੇ ਵਿੱਚੋਂ ਦੋ ਟੀਮਾਂ ਆ ਰਹੀਆਂ ਠੀਕ ਹੈ ਜੀ ਇੱਕ ਏ ਹੂ ਇੱਕ ਬੀ ਹੂ ਠੀਕ ਹੈ ਏ ਜਿਹੜੀ ਵਿਨਰ ਹੈ ਉਹਦਾ ਨਾਂ ਸਾਨੂੰ ਮੈਂਸ਼ਨ ਕਰਨਾ ਪਊ ਬੀ ਹੈ ਜਿਹੜੀ ਉਹਦਾ ਨਾਂ ਸਾਨੂੰ ਮੈਂਸ਼ਨ ਕਰਨਾ ਪੈਣਾ ਕਿਉਂਕਿ ਜੇ ਅਸੀਂ ਸਿੱਧੀ ਇਕੱਲੀ ਏ ਬੀ ਲਿਖਤੀ ਤਾਂ ਉੱਥੇ ਕਨਫਿਊਜ਼ਨ ਹੋ ਜੂਗੀ ਹੈ ਕਿਹੜੀ ਟੀਮ ਹੈ ਨਹੀਂ ਉਹ ਜਦੋਂ ਸਾਰਾ ਫਿਕਚਰ ਤਿਆਰ ਹੋ ਗਿਆ ਟੀਮਾਂ ਪਹੁੰਚ ਗਈਆਂ ਉਸ ਤੋਂ ਬਾਅਦ ਉਹਨਾਂ ਨੂੰ ਨੇਮ ਦਿੱਤੇ ਜਾ ਸਕਦੇ ਏ ਟੀਮ ਜਿਹੜੀ ਮੈਂ ਸੋਚੀ ਸੀ ਸਪੋਜ਼ ਜਿਵੇਂ ਤੁਸੀਂ ਸੋਚੀ ਵੀ ਆਹ ਟੀਮ ਬੀ ਟੀਮ ਸੀ ਟੀਮ ਉਹਨੂੰ ਬਾਅਦ ਉਹ ਨਾਮ ਦਿੱਤੇ ਜਾ ਸਕਦੇ ਕਿ ਨਹੀਂ ਇਜ਼ ਇਟ ਪੋਸੀਬਲ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਪੁੱਛਣਾ ਤੁਹਾਡੀ ਜੀ ਕੁਆਲੀਫਿਕੇਸ਼ਨ ਕੀ ਹੈ NIS ਵਾਲੀਬਾਲ NIS ਹਾਂ ਅਤੇ ਵੈਸੇ ਮਤਲਬ ਤੁਹਾਡੀ ਸਟੱਡੀ ਮਤਲਬ ਪ੍ਰੋਫੈਸ਼ਨਲ ਕੋਰਸ ਦੂਸਰਾ ਕੋਈ BPED CPED ਹੈ ਨਾ ਜਦੋਂ ਉਸ ਗੱਲ ਨੂੰ ਆਪਾਂ ਛੱਡੀਏ ਦੇਖੋ ਮੈਂ ਪਲੀਜ਼ ਇੱਕ ਮਿੰਟ ਜੀ ਉਹਦੇ 'ਚ ਨਾ ਟਾਈਆਂ ਪਾਉਣੀਆਂ ਸਿਖਾਈਆਂ ਜਾਂਦੀਆਂ ਬਿਲਕੁਲ ਸਿਖਾਈਆਂ ਜਾਂਦੀਆਂ ਨਾ ਫਿਰ ਉਹ ਸਿਖਾਉਣ ਦਾ ਕੀ ਮਤਲਬ ਰਹੇਗਾ ਜੇ ਉਸ ਤਰੀਕੇ ਨਾਲ ਪਾਉਣੀਆਂ ਹੀ ਨਹੀਂ ਉਹ ਸਿਲੇਬਸ 'ਚ ਕਾਹਦੇ ਵਾਸਤੇ ਨੇ ਨਹੀਂ ਟਾਈਆਂ ਸਾਰਾ ਦੇਖੋ ਤੁਹਾਡੇ ਕੋਲ ਹੀ ਹੈ ਤੁਹਾਨੂੰ ਮੈਂ ਫੋਟੋ ਖਿੱਚ ਕੇ ਭੇਜਤੀ ਸੀ ਟਾਈਆਂ ਦੇ ਵਿੱਚ ਜੇ ਕੋਈ ਗਲਤੀ ਹੈ ਠੀਕ ਹੈ ਜੀ ਆਪਾਂ ਫੋਟੋ ਖਿੱਚ ਮੇਰੀ ਗੱਲ ਸੁਣੋ ਜਦੋਂ ਟਾਈਆਂ ਪਾਈ ਗਈਆਂ ਉੱਥੇ ਬਹਿ ਕੇ ਫਿਰ ਫੋਟੋ ਖਿੱਚ ਚੱਲੋ ਅਸੀਂ ਕੱਲ ਇਹ ਗੱਲ ਇਹ ਕਹਿੰਦੇ ਵੀ ਅਸੀਂ ਸ਼ਡਿਊਲ ਦੇਣਾ ਹੁੰਦਾ ਤਾਂ ਹਾਂ ਸ਼ਡਿਊਲ ਦੇਣਾ ਹੁੰਦਾ ਜਦੋਂ ਤੁਸੀਂ ਟਾਈਆਂ ਹੀ ਪਾ ਦਿੰਗਾ ਤੁਹਾਡੇ ਕੋਲ ਸ਼ਡਿਊਲ ਆ ਗਿਆ ਵੀ ਹਰੇਕ ਬਲਾਕ 'ਚੋਂ ਦੋ ਟੀਮਾਂ ਆਉਣਗੀਆਂ 8-9 ਬਲਾਕ ਹੈ 18 ਟੀਮਾਂ ਬਣ ਗਈਆਂ ਦੇ ਦਿਓ ਵੀ 18 ਟੀਮਾਂ ਆ ਰਹੀਆਂ ਵੀਰੇ ਖਾਣ ਪੀਣ ਦਾ ਦੱਸਣਾ ਦੱਸ ਦਿਓ ਉਹ ਤਾਂ ਪਤਾ ਹੀ ਆ ਵੀ ਤੁਹਾਨੂੰ ਇੱਕ ਮਤਲਬ ਹੋਰ ਗੱਲ ਦੱਸਦਾ ਇਹ ਨਾ ਇੱਕ ਇਹਦੇ 'ਚ ਵੀ ਇੱਕ ਨੈਕਸਸ ਚੱਲਦਾ ਹੈਗਾ ਠੀਕ ਆ 5-4 ਅਧਿਆਪਕ ਰਲੇ ਹੁੰਦੇ ਆ ਜਾਂ ਕੋਚ ਰਲੇ ਹੁੰਦੇ ਆ ਚੰਗੇ ਖਿਡਾਰੀ ਨੂੰ ਪਿੱਛੇ ਕਰਨਾ ਠੀਕ ਆ ਬਿਨਾਂ ਗੱਲ ਤੋਂ ਫਾਊਲ ਦੇਣੇ ਤੇ ਇਹ ਖਿਡਾਰੀ ਨੂੰ ਪਿੱਛੇ ਕਿਉਂ ਕਰਨਾ ਪਹਿਲੀ ਗੱਲ ਇਹ ਆਪਦੇ ਨਿੱਜੀ ਹਿੱਤ ਪੂਰੇ ਕਰਦੇ ਆ ਜਿਹੜੀ ਮੋਨੋਪੋਲੀ ਬਣੀ ਹੋਈ ਹੈ ਜੀ ਵੀ ਸਾਡੀ ਮਤਲਬ ਤੁਹਾਨੂੰ ਮੈਂ ਇੱਕ ਉਦਾਹਰਨ ਦੱਸਦਾ ਫੈਕਟ ਪਿਆ ਉਹਦੇ ਡਾਕੂਮੈਂਟ ਪਏ ਆ 2012 ਦੇ ਵਿੱਚ ਮੈਂ ਪਹਿਲੀ ਵਾਰੀ ਬੱਚਿਆਂ ਨੂੰ ਲੈ ਕੇ ਆਇਆ ਖੜਾ ਅੰਡਰ 14 ਵਾਲੀਬਾਲ ਸਮੈਸ਼ਿੰਗ ਦੇ ਵਿੱਚ ਮੇਰੀ ਟੀਮ ਸੈਕਿੰਡ ਅਤੇ ਇੱਥੇ ਇੱਕ ਇਹਨਾਂ ਦੇ ਨਾਲ ਜਿਹੜੇ ਕੋ ਕਨਵੀਨਰ ਲੱਗੇ ਹੋਏ ਨੇ ਉਹਨਾਂ ਦੀ ਟੀਮ ਫਸਟ ਉਹ ਉਸ ਵੇਲੇ ਅੰਡਰ 14 ਦੇ ਕਨਵੀਨਰ ਸੀਗੇ ਅਤੇ ਉਹਨਾਂ ਤੋਂ ਆਪਾਂ ਫੇਰ ਕੰਮ ਦੀ ਆਸ ਰੱਖਦੇ ਹਾਂ ਵੀ ਜੇ ਇਹੋ ਜਿਹਾ ਕੁਛ ਕਰਨਾ ਫਿਰ ਨਾ ਇੱਕ ਬੱਚਾ ਸੈਕਿੰਡ ਟੀਮ ਦਾ ਇੱਕ ਬੱਚਾ ਵੀ ਨਹੀਂ ਗਿਆ ਉਹ ਤਾਂ ਰਿਕਾਰਡ ਪਿਆ ਬਕਾਇਦਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਰਿਕਾਰਡ ਪਿਆ ਨਹੀਂ ਨਵੀਂ ਗੱਲ ਇਹ ਹੈ ਅੰਡਰ 17 ਸਾਡੀ ਬਲਾਕ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚੋਂ ਫਸਟ ਆਈ ਹੈ ਠੀਕ ਹੈ ਜਿਹਦੇ ਵਿੱਚ ਸਾਡੇ ਗੁਲਾਬਗੜ੍ਹ ਦੇ 6 ਜਵਾਕ ਖੇਡੇ ਇੱਕ ਖੇਡਿਆ ਸਰਦਾਰਗੜ੍ਹ ਦਾ ਉਹ ਚੇਂਜ ਕਰਕੇ ਖੇਡਿਆ ਅਸੀਂ ਅਤੇ ਜਦੋਂ ਸਰ ਕੋਲ ਗਏ ਅਸੀਂ ਕਿਹਾ ਵੀ ਸਾਡੇ ਬੱਚੇ ਪੂਰੇ ਸਿਲੈਕਟ ਕਰੋ ਜਿਹੜੇ ਖੇਡੇ ਆ ਟੀਮ ਦੇ ਵਿੱਚ 5 ਬੱਚੇ ਸਾਡੇ ਖੇਡੇ ਸੀਗੇ 5 ਕਹਿੰਦੇ ਨਹੀਂ ਵੀਰੇ 5 ਨਹੀਂ ਜਾਂਦੇ ਤੁਹਾਡੇ 4 ਜਾਂਗੇ 4 ਦੇ ਨਾਂ ਲਿਖਾ ਇਹਨਾਂ ਨੇ ਨੀਵੀਂ ਵੀ ਨਹੀਂ ਚੱਕੀ ਮਹਾਂਵੀਰੇ ਕੀ ਗੱਲ ਖੇਡੇ ਆ ਉਹ ਤਾਂ ਦੇਖਣਾ ਜਿਹੜੇ ਬੱਚੇ ਖੇਡੇ ਆ ਪਲੇਇੰਗ ਸੈੱਟ ਤਾਂ ਜਾਊਗਾ 5 ਪਲੇਇੰਗ ਸਾਡੇ ਸੀਗੇ ਇੱਕ ਸਰਦਾਰ ਕਰਦਾ ਮੈਂ ਪਾ ਦਿਓ ਇਹ ਕਹਿੰਦੇ ਵੀ ਇਹਨਾਂ ਦਾ ਦੋਸਤ ਆ ਆਪਾਂ ਨੂੰ ਨਹੀਂ ਪਤਾ ਕੁਛ ਵੀ ਆ ਅਤੇ ਉਹਦੇ ਬੱਚੇ 2 ਭੇਜਤੇ ਜੀ ਦੇਖੋ ਫਸਟ ਟੀਮ 4 ਬੱਚੇ ਜਾਂਦੇ
जगजीत सिंह नहीं कर रहे सारी जुंडली रली हुई है वह जिन्हों का शुरू तो यही काम रहा वह कदों फिर काम करनगे वह हमेशा यह जिहा कामां दा ही साथ देणगे। चलो सरदार जगजीत सिंह अपने कोल उस गल तो प्लीज जवाब ले लिया जी। ये कहिंदे चार बच्चे कीते है जिहड़े दो बच्चे है इन्हां दी टीम मिक्स बनी है सरदारगढ़ ते इन्हां दी ठीक है जी। वह दो बच्चे इन्हां दे विच खेडदे एक बच्चा इन्हां ने नहीं खिडाया मैनू पता है वो बच्चा वधिया है इन्हां नहीं इन्हां दा तुहाडे दोस्त दा इस करके नहीं मेरे दोस्त दा नहीं ये कह रहे ने ना वो तो चलो वो तो कुछ भी कहणगे जी। मतलब छे बच्चे इन्हां दी टीम दे होए ने चार ते दो छे ये आपदे कल्ले पिंड दी गल कर रहे हैं कल्ले पिंड दे छे थोड़े ही हुंदे है थोड़ी मिक्स हो के टीम बनी है ना थोड़ी ब्लाक दे विचों मिक्स हो के टीम बनी है थोड़े तो छे बच्चे होए है जे तुसीं ऐ कहो भी ब्लाक दे विचों छे नहीं होए तो मैनूं दसो ठीक है। वैसे ये भी क्रटेरिया नहीं हुंदा कि जे फस्ट आई है तो उहदे छे ही लैणे है ठीक है जे कई बार की हुंदा चंगी टीम पहलां भी हार जांदी है ठीक है जी। मैं इत्थे हुण आ 21 तो 40 है बहुत टीमां पहलां हार गईयां मैनूं पता है चंगीयां टीमां मैं उहनां बच्चियां नूं भी मैं सिलेक्ट करना है ठीक है। 17 के भी अं किया 14 के भी अं किया लड़कियों के भी अं किया असी बच्चे थल्यों भी कोई टीम पहला भी हर गई है कोई चंगी टीम है कुड़ी है ज कोई मुंडा है असी लए ने जी। सिलेक्शन लिस्टा दिखा दूंगा मेरे आप के बच्चे घट हो सकते हैं मैं चंगा बच्चा कोई नहीं छड़िया ठीक है जी। ये हूँ इन्हों के छे बच्चे ने हूँ जे ये कह भी साढ़े पिंड के छे हो नहीं ना है टीम थोड़ी टीम मिल के बनी है थोड़ी ब्लाक की टीम है ठीक है जी भी ब्लाक के बच्चों थोड़े छे बच्चे ले है हालांकि ये भी कोई क्रटेरिया नहीं भी आप छे लेने बिल्कुल बिल्कुल एग्री 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 आप यही गल हो रहा है इन्हों पुछो जी रहम तो मुंडा कटार सिंह वाल का अंडर 14 का एड्डा तकड़ा प्लेयर सारे पता जी उस गल का ऑब्जेक्शन लग्या वो बच्चे बाहर क्ढ़िया गया इन्होंने ऑब्जेक्शन लाया से असी बाहर कर इन्होंने लाया से ऑब्जेक्शन असी बाहर कड़ता जी बच्चा वो इन्हों पता वो बच्चा बहुत सोहना खेडा सैमीफाइनल खेडिया वो अंडर 14 वो स्कूली गेम भी फाइनल तक लिया टीम में जिता के लै गया एच भी जिता गया तो पेंडू ओलंपिक भी लिया गया हूँ इन्होंने पूछो भी वो बंदा क्यों नहीं पाया जी रहमत मुंडा क्यों नहीं पाया हूँ इन बहुत चंगा प्लेयर एक भी इतने कहते भी वो बंदा देखो देखो पता की है देखो पता की है मैं तुम दसदा ये मुद्दा बहुत इस तरह का जिन्ना मर्जी बहस करी चलीए क्योंकि इन्हों के पॉइंट ऑफ व्यू न हो सकता इन्हों लगा हो यार भी नहीं इतने आ मुंडा फिट नहीं बैठता मान लें है ना इन्हों पॉइंट ऑफ व्यू ना होगा क्योंकि मेरी माँ है ना मेरी माँ को मैं सब तो ज़्यादा सोहना लगूंगा ठीक है भावें मैं ऊना पर माँ को लगू भी मेरा तो हीरा लाइक दिस इदा भी हो जाता पर कुछ हीरे इग्नोर हो जाते हैं ये दोनों गल्लां ने पर ये जिहड़ा विशा है ना मेरे वीर ये बहुत लंबी बहस है तो मैनू लगता भी आपां वो बहस ना पैके तो मेरी सिर्फ तो सिर्फ कन्वीनर साहब ने एक रिक्वेस्ट है कि काइंडली पहली गल तो थोड़ा जिहा तुहाडे जिन्ने भी नाल दे बंदे ने उहनां नूं आपां थोड़ा जिहा कि भी पेशेंस रखन ईगो छड्डन कुर्सी तो उठ सकदी सी मेरी छोटी भैन ठीक है जी ठीक है। दूसरी गल भी इन्हां दीआं जिहड़ीआं प्रॉब्लम्स ने बड़े प्यार नाल बैठ के सुलटा सकदे हो क्योंकि तुसीं इस टाइम इत्थे बॉस हो ਇੰਨੀ ਕੁ ਰਿਕੁਐਸਟ ਹੈ ਨਾਲ ਹੀ ਹੁਣ ਜੇ ਇਹ ਸਮਝਣ ਦਾ ਤਾਂ ਹੀ ਹੈ ਇਹਨਾਂ ਦਾ ਮੈਚ ਕੱਲ੍ਹ ਬਣਦਾ ਸੀ ਇਹਨਾਂ ਨੂੰ ਵੀ ਪਤਾ ਕੱਲ੍ਹ ਕੁਆਟਰ ਫਾਈਨਲ ਮੈਚ ਅਸੀਂ ਕਰਨੇ ਸੀ ਫਿਨਿਸ਼ ਕਰਨੇ ਸੀ ਉਹ ਮੈਚ ਅੱਜ ਹੋਇਆ ਜੇ ਹੁਣ ਸਾਨੂੰ ਕੋਈ ਇਹ ਦਿੱਕਤ ਹੁੰਦੀ ਤਾਂ ਅਸੀਂ ਕੱਲ੍ਹ ਇਹਨਾਂ ਨੂੰ ਵਾਕ ਓਵਰ ਦੇ ਕੇ ਟੀਮ ਉੱਤੇ ਆਉਂਦੀ ਸਾਡੀ ਸਾਨੂੰ ਭੈਣ ਸਾਡੀ ਨੇ ਕਿਹਾ ਵੀ 20 ਮਿੰਟ ਮੇਰੀ ਮੇਰੀ ਵਾਕ ਓਵਰ ਦੀ ਜਿਹੜੀ ਗੱਲ ਹੈ ਆਈ ਥਿੰਕ ਉਹਨਾਂ ਨੇ ਕਿਹਾ ਨਾ ਵੀ ਮੈਂ ਸਿਟੀ ਵਜਾ ਦੂੰਗੀ ਮੈਂ ਤੁਹਾਨੂੰ ਬਾਹਰ ਕੱਢ ਦੂੰਗੀ ਸਰ ਦੇਖੋ ਇਹ ਰੂਲ ਹੈ ਜੋ ਗੇਮ ਦਾ ਰੂਲ ਤਾਂ ਇਹੀ ਹੈ ਨਹੀਂ ਫਿਰ ਵੇਟ ਕਰ ਸਰ ਜੇ ਗੇਮ ਦਾ ਰੂਲ ਇਹ ਹੈ ਪਲੀਜ਼ ਜੇ ਗੇਮ ਦਾ ਰੂਲ ਇਹ ਹੈ ਵੀ ਵਾਕ ਓਵਰ ਦੇ ਦੇਣਾ ਤੇ ਫਿਰ 20 ਮਿੰਟ ਪਲੇਅਰ ਨੂੰ ਵੇਟ ਕਰਨ ਦੀ ਕੀ ਲੋੜ ਹੈ ਨਹੀਂ ਵੇਟ ਸਰ ਇਹਨਾਂ ਦਾ ਵੇਟ ਕੀਤਾ ਸੀ ਤਾਂ ਕੱਲ੍ਹ ਦੇ ਵੇਟ ਕਰ ਇਹਨਾਂ ਦਾ ਵੇਟ ਨਹੀਂ ਸਰ ਇੱਕ ਪਲੇਅਰ ਦੇ ਵਾਸਤੇ ਵੇਟ ਕੀਤੀ ਇਹਨਾਂ ਨੇ ਜਿਹੜੀ ਮੈਨੂੰ ਗੱਲ ਕੀਤੀ ਹੈ ਇੱਕ ਪਲੇਅਰ ਦੀ ਵੇਟ ਹੋਈ ਹੈ ਤੇ ਇਹਨਾਂ ਨੇ ਕਿਹਾ ਵੀ ਮੈਚ ਸ਼ੁਰੂ ਕਰਵਾਓ ਉਹ ਕਹਿੰਦੇ ਸਿਟੀ ਮੈਂ ਵਜਾਣੀ ਹੈ ਕਿਹੜੇ ਪਲੇਅਰ ਦੀ ਸਰ ਮੈਂ ਆਈ ਡੋਨਟ ਨੋ ਬਠਿੰਡਾ ਅਰਬਨ ਬਠਿੰਡਾ ਕਾਰਪੋਰੇਸ਼ਨ ਦਾ ਮੈਚ ਸੀਗਾ ਕੱਲ੍ਹ ਕੁਆਟਰ ਫਾਈਨਲ ਸਾਡਾ ਆਪਦਾ ਸ਼ਾਮ ਦੀ ਗੱਲ ਹੈ ਜੀ ਕੱਲ੍ਹ ਉਹ ਬੱਚਾ ਮੈਚ ਤੋਂ ਪਹਿਲਾਂ ਚਲਾ ਗਿਆ ਜਮਾਂ ਐਂਡ ਦੇ ਆਇਆ 25-30 ਮਿੰਟ ਲੱਗ ਗਏ ਉਹਨੂੰ ਅਸੀਂ ਜੀ ਆਈ ਟੀ ਆਇਆ ਗਿਆ ਮੈਂ ਇੱਥੇ ਆ ਗਿਆ ਮੈਂ ਮੈਡਮ ਨੂੰ ਕਿਹਾ ਜੀ ਤੁਸੀਂ ਵਿਸਲ ਮਾਰੋ ਜਿੰਨੇ ਪਲੇਅਰ ਹੈ ਉਹਨੂੰ ਤਾਂ ਖੜਾਓ ਉਹ ਚੇਂਜ ਹੋ ਜੂ ਇੱਥੇ ਤਾਂ ਅਸੀਂ ਟੀਮਾਂ ਦੀ ਵੇਟ ਨਹੀਂ ਕਰਦੇ ਕਿੱਥੇ ਇਕੱਲੇ ਇਕੱਲੇ ਪਲੇਅਰ ਦੀ ਵੇਟ ਕਰ ਰਹੇ ਹਾਂ ਤੇ ਇਹਦਾ ਪਾਰਸ਼ਲਟੀ ਨਹੀਂ ਨੰਬਰ 2 ਜੀ ਕੋਈ ਪਾਰਸ਼ਲਟੀ ਨਹੀਂ ਸਰ ਦੋਨੋਂ ਟੀਮਾਂ ਬਰਾਬਰ ਦੀਆਂ ਸੀ ਨਹੀਂ ਨਹੀਂ ਸਰ ਗੱਲ ਉਹ ਨਹੀਂ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਤੁਸੀਂ ਜਿਹੜੀਆਂ ਟੀਮਸ ਨੇ ਉਹਨਾਂ ਦੀ ਵੇਟ ਨਹੀਂ ਕਰ ਰਹੇ ਇੱਕ ਪਾਸੇ ਤੁਸੀਂ 20-25 ਮਿੰਟ ਇੱਕ ਪਲੇਅਰ ਦੀ ਵੇਟ ਕਰ ਰਹੇ ਹੋ ਨਹੀਂ ਸਰ ਜੇ ਪਲੇਅਰ ਦੀ ਵੇਟ ਕੀਤੀ ਹੈ ਇਹਨਾਂ ਦੀ ਟੀਮ ਦੀ ਵੀ ਵੇਟ ਕੀਤੀ ਹੈ ਅਸੀਂ ਕੱਲ੍ਹ ਦੀ ਵੇਟ ਕਿਉਂ ਕੀਤੀ ਟੀਮ ਆਈ ਨਹੀਂ ਹੈ ਇਹ ਗੱਲ ਸਮਝੋ ਤੁਸੀਂ ਇਹਨਾਂ ਦੀ ਟੀਮ ਆਈ ਨਹੀਂ ਹੈ
ਅਸੀਂ ਤਾਂ ਫਿਰ ਵੀ ਵੇਟ ਕੀਤੀ ਹੈ ਵੀ ਤੁਸੀਂ ਅੱਜ ਖੇਡ ਲਿਓ, ਅੱਜ ਵੀ 11 ਵਜੇ ਆਏ ਹੈ, ਠੀਕ ਹੈ ਜੀ, ਅੱਜ ਵੀ ਇੱਕ ਘੰਟਾ ਲੇਟ, ਮਤਲਬ ਅਸੀਂ ਵੇਟ ਇੱਕ ਘੰਟਾ ਵੇਟ ਕੀਤੀ ਹੈ, ਉਹ ਅੱਧੇ ਘੰਟੇ ਦੀ ਗੱਲ ਕਰਦੇ ਹਾਂ, ਦੋਨੋਂ ਟੀਮਾਂ ਬਰਾਬਰ ਸੀ। ਸਰ ਜੀ ਸਾਡੀ ਗਲਤੀ ਹੈ ਤਾਂ ਸਕਰੈਚ ਕਰ ਦੇਣ, ਗੱਲ ਖਤਮ ਕਰਨੀ ਸੀ, ਕੱਲ ਹੀ ਸਕਰੈਚ ਕਰ ਦਿੰਦੇ, ਸਾਡੀ ਟੀਮ ਦੀ ਗਲਤੀ ਹੈ, ਜੇ ਸਾਡੀ ਟੀਮ ਦੀ ਗਲਤੀ ਹੈ ਸਕਰੈਚ ਕਰ ਦੇਣ, ਗੱਲ ਖਤਮ। ਹੁਣ ਤਾਂ ਮੈਚ ਹੋ ਗਿਆ, ਹੁਣ ਸਕਰੈਚ ਕਿੱਦਾਂ ਹੈ? ਹੁਣ ਪਤਾ ਕੀ ਹੈ ਸਰ, ਮਸਲਾ ਇਹ ਜਿੰਨਾ ਮਰਜ਼ੀ ਖਿੱਚੀ ਚੱਲੋ, ਮੈਨੂੰ ਪਤਾ ਇਹ ਕਰਦੇ ਆ, ਜਗਜੀਤ ਸਿੰਘ ਨੇ ਵੀ ਪਤਾ ਲੱਖ ਮੁੱਕਰੀ ਜਾਣ ਵੀ ਇਹ ਕਰਦੇ ਆ ਹੀਰਾ ਫੇਰੀਆਂ, ਪਰ ਗੱਲ ਸਿੱਧੀ ਆ, ਬਿਨਾ ਬਿਨਾ ਸਰ ਕਹਿਣ ਨਾਲ ਨਹੀਂ ਹੁੰਦਾ, ਮੈਂ ਸਬੂਤ ਦਿਖਾ ਦੂੰ, ਨਹੀਂ ਤੁਸੀਂ ਦੱਸੋ ਸਾਨੂੰ ਵੀ ਇਹਦੀ ਕਿਹਦੇ ਕੀਤੀ ਹੈ, ਇਹਦੇ ਚ ਕੀ ਨਹੀਂ ਹੋਇਆ ਗਿਆ, ਇਹਦੇ ਚ ਕੋਈ ਤੁਹਾਡੇ ਕੋਲ ਕਾਰਨ ਨਹੀਂ, ਇਹਦੀ ਤੁਹਾਨੂੂੰ ਸਮਰੀ ਸੀ, ਤੁਹਾਨੂੰ ਮੇਰੀ ਗੱਲ ਸੁਣੋ ਸਰ, ਜਿਹੜੀ ਤੁਸੀਂ ਮੈਂ ਤਾਂ ਕਨਵੀਨਰ ਹਾਂ ਸਰ, ਮੈਂ ਤਾਂ ਕਨਵੀਨਰ ਹਾਂ ਨਾ, ਮੇਰੀ ਗੱਲ ਸੁਣੋ, ਮੈਥੋਂ ਉੱਤੇ ਅਥਾਰਟੀਆਂ ਬੈਠੀਆਂ ਨਾ, ਮਤਲਬ ਮੈਂ ਕਨਵੀਨਰ ਹਾਂ, ਮੇਰਾ ਸਵਾਲ ਇੱਕੋ ਹੀ ਆ, ਤੁਸੀਂ ਜ਼ਿਲ੍ਹਾ ਖੇਡ ਅਫਸਰ ਕੋਲੇ ਜਾ ਸਕਦੇ ਹੋ, ਉਸ ਤੋਂ ਬਾਅਦ ਕਿਹਦੇ ਕੋਲੇ ਵੀ ਜਾ ਸਕਦੇ ਹੋ, ਮੈਂ ਇਹ ਕਹਿਣਾ ਸਾਰੀ ਫਾਰਮੈਲਿਟੀ, ਮੈਂ ਕਹਿਣਾ ਟੀਮ ਇੰਚਾਰਜ ਆ ਤਾਂ ਮੈਂ ਤਾਂ ਇੱਥੇ ਕਨਵੀਨਰ ਹਾਂ, ਬਸ ਤੁਸੀਂ ਕਿਤੇ ਵੀ ਜਾ ਕੇ ਉਹਦੇ ਚ ਇਹਨਾਂ ਦੀ ਮੋਨੋਪੋਲੀ ਆ, ਕੁੱਲ ਮਿਲਾ ਕੇ ਦੇਖੋ, ਮੈਂ ਮੇਰੀ ਪਲੀਜ਼ ਗੱਲ ਸੁਣੋ, ਇਹ ਗੇਮਸ ਅਸੀਂ ਤਾਂ ਖੇਡਦੇ ਹਾਂ, ਸਪੋਰਟਸਮੈਨਸ਼ਿਪ ਸਾਡੇ ਚ, ਮੇਰੀ ਵੀਰ ਗੱਲ ਇੱਕ ਨਹੀਂ ਛੱਡ ਦਿਓ, ਕੋਈ ਸਵਾਲ ਨਹੀਂ, ਸਵਾਲ ਬਹੁਤ ਨੇ, ਇਹਨਾਂ ਨੂੰ ਉਹ ਪੁੱਛੋ ਜੀ ਜਿਹੜਾ ਬਲਾਕ ਵਾਈਜ਼ ਖੇਡ ਸਕਦਾ ਬੱਚਾ, ਮੰਨ ਲਓ ਮੈਂ ਬਠਿੰਡਾ ਬੰਨ 'ਚ ਬਲਾਕ 'ਚ ਹੈ, ਮੈਂ ਜਾ ਕੇ ਭਗਤ ਜੀ ਗੋਨਿਆਂ 'ਚ ਨਹੀਂ ਖੇਡ ਸਕਦਾ, ਇਹ ਰੂਲ ਹੈ, ਪ੍ਰੂਫ ਦੇ ਦਿਓ ਸਾਨੂੰ। ਪੰਜਾਬ ਪੁਲਿਸ 'ਚ ਬੰਦਾ ਜੀ ਰਿਸ਼ਪਾਲ ਸਿੰਘ, ਇੱਕ ਉਹਦਾ ਭਰਾ ਜਗਪਾਲ ਸਿੰਘ, ਸ਼ਾਇਦ ਜਸਪਾਲ ਸਿੰਘ, ਸਾਨੂੰ ਨੀ ਪਤਾ, ਉਹ ਇਹਨਾਂ ਦੇ ਇੱਕ 'ਚ ਬੀਜ ਖੇਡੀ ਜਾਂਦਾ, ਇੱਕ ਏਜ ਖੇਡੀ ਜਾਂਦਾ, ਮੇਰੀ ਇੱਕ ਬੇਨਤੀ ਹੈ ਜਿਹੜੀ ਸਪੋਰਟਸ ਹੈ ਨਾ, ਇਹਦੇ ਵਿੱਚ ਇਹ ਕਹਿੰਦੇ ਹੁੰਦੇ ਨੇ ਵੀ ਸਪੋਰਟਸਮੈਨਸ਼ਿਪ ਆਪਾਂ ਸੁਣਦੇ ਹਾਂ, ਉਹ ਸਪੋਰਟਸਮੈਨਸ਼ਿਪ ਇਹ ਹੁੰਦੀ ਹੈ ਕਿ ਇੱਕ ਦੂਸਰੇ ਦੇ ਲਈ ਹਮੇਸ਼ਾ ਖੜੇ ਰਹਿਣਾ, ਉਹ ਤੁਸੀਂ ਕਿਸੇ ਵੀ ਫੀਲਡ ਦੇ ਵਿੱਚੋਂ, ਕਿਸੇ ਵੀ ਗੇਮ ਦੇ ਵਿੱਚੋਂ, ਸਪੋਜ਼ ਤੁਸੀਂ ਵਾਲੀਬਾਲ 'ਚ ਇੱਕ ਦੂਸਰੇ ਦੇ ਓਪੋਜੀਸ਼ਨ 'ਚ ਵੀ ਖੇਡ ਰਹੇ ਹੋ, ਓਪੋਜ਼ਿਟ ਵੀ ਖੇਡ ਰਹੇ ਹੋ, ਸਪੋਜ਼ ਕੋਈ ਪਲੇਅਰ ਡਿੱਗ ਗਿਆ ਤਾਂ ਸਪੋਰਟਸਮੈਨਸ਼ਿਪ ਇਹ ਕਹਿੰਦੀ ਵੀ ਦੂਸਰੀ ਟੀਮ ਦਾ ਪਲੇਅਰ ਉਹਨੂੰ ਚੁੱਕੇ, ਇਹ ਜਿਸ ਤਰੀਕੇ ਦੀਆਂ ਇੱਥੇ ਇਹ ਹੁਣ ਗੱਲਾਂ ਹੋਈਆਂ, ਇਹ ਇੱਥੇ ਇਹ ਲੱਗ ਰਿਹਾ ਵੀ ਸਪੋਰਟਸ ਨਹੀਂ ਹੋ ਰਹੀਆਂ, ਇਹ ਤਾਂ ਗੇਮਬਾਜ਼ੀ ਹੋ ਰਹੀ ਹੈ, ਪਰ ਮੇਰੀ ਬੇਨਤੀ ਹੈ ਵੀ ਜੇ ਸਪੋਰਟਸ ਤੁਸੀਂ ਖੇਡ ਰਹੇ ਹੋ, ਤੁਸੀਂ ਗੇਮਾਂ ਖੇਡ ਰਹੇ ਹੋ, ਤਾਂ ਉਹ ਸਿਰਫ ਖੇਡਾਂ ਖੇਡੋ, ਗੇਮ ਨਾ ਖੇਡੋ, ਹੈ ਨਾ, ਇਸ ਕਰਕੇ ਕਿਉਂਕਿ ਇਹ ਸਾਰੇ ਜਿੰਨੇ ਜਣੇ ਨੇ ਇਹਨਾਂ ਨੇ ਕੱਲ੍ਹ ਨੂੰ ਵਾਹਿਗੁਰੂ ਪਤਾ ਨਹੀਂ ਇੰਟਰਨੈਸ਼ਨਲ ਲੈਵਲ 'ਤੇ ਜਾਣਾ, ਇਹ ਭਾਵਨਾ ਨਾਲ ਲੈ ਕੇ ਜਾਣ ਵੀ ਇਹ ਸਾਡੇ ਨਾਲ ਬਹੁਤ ਪਾਰਸ਼ੈਲਟੀਆਂ ਹੋਈਆਂ, ਅਸੀਂ ਬੜੀ ਮੁਸ਼ਕਲ ਇੱਥੋਂ ਤੱਕ ਪਹੁੰਚੇ ਹਾਂ, ਇਸ ਕਰਕੇ ਸਪੋਰਟਸਮੈਨਸ਼ਿਪ ਜਿਹੜੀ ਹੁੰਦੀ ਹੈ ਉਹ ਇੱਕ ਦੂਸਰੇ ਉਹਦੇ 'ਚ ਕੋਈ ਵਿਤਕਰਾ ਨਹੀਂ ਹੁੰਦਾ, ਜਿੰਨਾ ਕੁ ਮੈਂ ਸਮਝਿਆ ਮੇਰੇ ਸਕੂਲ ਟਾਈਮ ਜਾਂ ਕਾਲਜ ਟਾਈਮ ਜਾਂ ਪੜ੍ਹਨ ਟਾਈਮ ਜਿੰਨਾ ਵੀ ਮੈਂ ਉਦੋਂ ਸਿੱਖਿਆ ਤਾਂ ਸਿਰਫ ਇੰਨਾ ਸਿੱਖਿਆ ਵੀ ਜਿਹੜੀ ਸਪੋਰਟਸਮੈਨਸ਼ਿਪ ਹੁੰਦੀ ਹੈ ਨਾ, ਇਹ ਉਹ ਚੀਜ਼ ਹੁੰਦੀ ਹੈ ਕਿ ਤੁਸੀਂ ਇੱਕ ਦੂਸਰੇ ਦੇ ਹੋ ਕੇ ਫਿਰ ਤੁਸੀਂ ਅਗਾਂਹ ਜਾ ਸਕਦੇ ਹੋ, ਇੱਕ ਦੂਸਰੇ ਦੀ ਛਾਤੀ 'ਤੇ ਪੈਰ ਰੱਖ ਕੇ ਕਦੀ ਵੀ ਉਤਾਂਹ ਨਹੀਂ ਜਾਇਆ ਜਾ ਸਕਦਾ, ਇੱਕ ਦੂਸਰੇ ਨੂੰ ਨੀਵਾਂ ਦਿਖਾ ਕੇ ਕਦੀ ਵੀ ਉਤਾਂਹ ਨਹੀਂ ਜਾਇਆ ਜਾ ਸਕਦਾ, ਕੰਮ ਤੁਹਾਡਾ ਸਕਿੱਲ ਆਉਣਾ ਹਰੇਕ ਜਗ੍ਹਾ ਦੇ ਉੱਤੇ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਤੁਹਾਡੇ ਸਕਿੱਲ ਨੇ ਉੱਤੇ ਆਉਣਾ, ਪਾਰਸ਼ੈਲਟੀਆਂ ਫਿਰ ਪਿੱਛੇ ਰਹਿ ਜਾਂਦੀਆਂ, ਕੌਣ ਕਰਦਾ ਕਿਵੇਂ ਕਰਦਾ ਬਹੁਤ ਵੱਡੀ ਵਿਸ਼ਾ ਹੈਗਾ, ਇਹ ਬਹੁਤ ਚਰਚਾ ਦਾ ਵਿਸ਼ਾ ਅਤੇ ਇਹਨੂੰ ਚੰਦ ਮਿੰਟਾਂ ਦੇ ਵਿੱਚ ਨਹੀਂ ਸਮੇਟਿਆ ਜਾ ਸਕਦਾ, ਅਤੇ ਮੇਰੀ ਬੇਨਤੀ ਸਿਰਫ ਇੰਨੀ ਕਿ ਖੇਡ ਨੂੰ ਖੇਡ ਦੇ ਹਿਸਾਬ ਨਾਲ ਲਈਏ, ਅਤੇ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।